मोदी सरकारे काले जो कानून काटते रद्द कर दे तू मोदी सरकारे काले जो कानून काटते Oh.
रख एहो कहिंदे हां साडे हक इत्थे रख एहो कहिंदे हां ओ दुखी हो के आके सड़कां ते बैंदे हां दुखी हो के आके सड़कां ते बैंदे हां हक किसे दा हक किसे दा हक किसे दा ना अपना ही लैंदे हां हक किसे दा ना अपना ही लैंदे हां धुप्पां बारिशां ते कोठे वी सहारे असूहां बहों दे तड़के धुप्पां बारिशां ते कोरे वी सहारे असी हां हंडों दे तड़के ओ रद्द कर दे तू मोदी सरकारे काले जो कानून तड़के रद्द कर दे तू मोदी सरकारे काले जो कानून तड़के ਬੇਰੁਜ਼ਗਾਰ ਵੀਰਾਂ ਦੀ ਉਸ ਕੇਂਦਰ ਦੀ ਸਰਕਾਰ ਨੂੰ ਜਿਨ੍ਹਾਂ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ ਏਕਤਾ ਵਿੱਚ ਬਰਕਤ ਹੋਇਆ ਕਰਦੀ ਹੈ ਸਭ ਤੋਂ ਪਹਿਲਾਂ ਏਕਤਾ ਜ਼ਰੂਰੀ ਹੈ ਆਓ ਮੈਂ ਬੇਨਤੀ ਕਰਾਂ ਮੇਰੇ ਆਪਣੇ ਪਿੰਡ ਬਲੋੜ ਤੋਂ ਸਰਦਾਰ ਰਿਸ਼ਪਾਲ ਸਿੰਘ ਜੀ ਉਹਨਾਂ ਵੱਲੋਂ ਸਪੈਸ਼ਲ ਤੌਰ ਤੇ ਢਾਡੀ ਜਥੇ ਨੂੰ ਇਨਾਮ ਭੇਜਿਆ ਗਿਆ ਤਹਿ ਦਿਲੋਂ ਧੰਨਵਾਦ ਵੀਹ ਇੱਕੀ ਪਿੰਡਾਂ ਦੀਆਂ ਪੰਚਾਇਤਾਂ ਨੰਬਰਦਾਰ ਪੰਚ ਸਰਪੰਚ ਇਸ ਧਰਨੇ ਵਿੱਚ ਪਹੁੰਚ ਰਹੇ ਨੇ ਮੈਂ ਬੇਨਤੀ ਕਰਨੀ ਆ ਮੀਰੀ ਪੀਰੀ ਮਾਲਵਾ ਢਾਡੀ ਸਭਾ ਮੁੱਲਾਪੁਰ ਵੱਲੋਂ ਜੋ ਢਾਡੀ ਜਥੇ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਨੇ ਆਪੋ ਆਪਣਾ ਪ੍ਰੋਗਰਾਮ ਦੇਣ ਵਾਸਤੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਮੀਡੀਆ ਵਾਲੇ ਮੇਰੇ ਵੀਰ ਜਿਹੜੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਊ ਤਾਂ ਸਮਾਂ ਹੋ ਚੁੱਕਿਆ ਮੇਰਾ ਪਰ ਹੁਕਮ ਹੋਇਆ ਮੇਰੇ ਵੱਡੇ ਵੀਰ ਉੱਚ ਕੋਟੀ ਦੇ ਢਾਡੀ ਰਿਸ਼ਪਾਲ ਸਿੰਘ ਜੀ ਪਮਾਲ ਉਹਨਾਂ ਵੱਲੋਂ ਹੁਕਮ ਹੋਇਆ ਕਿ ਇੱਕ ਚੀਜ਼ ਤੁਹਾਡੇ ਚਰਨਾਂ 'ਚ ਹੋਰ ਕਹੀਏ ਉਹ ਇਹ ਹੈ ਰੱਬ ਤਾਂ ਕਿਸੇ ਨੇ ਦੇਖਿਆ ਨਹੀਂ ਵੀ ਕਿਹੋ ਜਿਹਾ ਹੈ ਆਪਾਂ ਕਹਿੰਦੇ ਹਾਂ ਵੀ ਰੱਬ ਸਭਨਾਂ ਨੂੰ ਪਾਲਦਾ ਰੱਬ ਅੰਨਦਾਤਾ ਹੈ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ ਪਰ ਉਹਦਾ ਦੂਜਾ ਰੂਪ ਕਿਸਾਨ ਹੈ ਕਿਸਾਨ ਪਰ ਅਸੀਂ ਧਰਨੇ ਵਿੱਚ ਆਉਣ ਤੋਂ ਗੁਰੇਜ਼ ਕਰ ਜਾਂਦੇ ਹਾਂ ਕੁਝ ਦਿਨ ਪਹਿਲਾਂ ਮੈਂ ਕਿਸਾਨ ਧਰਨੇ ਮੋਰਚੇ ਤੇ ਗਿਆ ਮੈਂ ਅਜੇ ਰਸਤੇ 'ਚ ਹੀ ਜਾਂਦਾ ਸੀ ਮੈਨੂੰ ਮੇਰੇ ਕਿਸੇ ਮਿੱਤਰ ਦਾ ਫੋਨ ਆ ਗਿਆ ਰਸਤੇ 'ਚ ਕਹਿੰਦਾ ਹਰਚੰਦ ਸਿੰਘ ਕਿੱਥੇ ਆ ਮੈਂ ਕਿਹਾ ਯਾਰ ਮੈਂ ਚੱਲਿਆ ਧਰਨੇ ਤੇ ਕਹਿੰਦਾ ਕਿਹੜੇ ਧਰਨੇ ਤੇ ਮੈਂ ਕਿਹਾ ਜਿਹੜਾ ਕਿਸਾਨ ਧਰਨਾ ਮੋਰਚਾ ਲੱਗ ਰਿਹਾ ਕਿਸਾਨ ਯੂਨੀਅਨ ਦਾ ਉਹ ਮੈਨੂੰ ਕਹਿੰਦਾ ਛੱਡ ਯਾਰ ਤੂੰ ਕਿੱਥੇ ਚੱਲਿਆ ਉਹ ਤੂੰ ਕਿਹੜਾ ਕਿਸਾਨਾਂ ਦਾ ਮੁੰਡਾ ਉਹ ਤੂੰ ਉੱਥੇ ਜਾ ਕੇ ਕੀ ਕਰਨਾ ਮੈਂ ਉਹਨੂੰ ਕਿਹਾ ਮਿੱਤਰਾ ਆਪਾਂ ਸਾਰੇ ਹੀ ਕਿਸਾਨ ਇਹ ਨਹੀਂ ਹੈ ਬਈ ਜਿਹੜਾ ਖੇਤੀ ਕਰਦਾ ਉਹੀ ਕਿਸਾਨ ਹੈ ਮੈਂ ਕਿਹਾ ਜਿਹੜੇ ਤੇਰੇ ਢੋਲ ਵਿੱਚ ਦਾਣੇ ਪਏ ਨੇ ਕਣਕ ਦੇ ਜਿਨ੍ਹਾਂ ਬਿਨਾਂ ਤੂੰ ਭੁੱਖਾ ਮਰ ਜਾਵੇਂਗਾ ਉਹ ਕਿਸਾਨ ਦੇ ਘਰੋਂ ਹੀ ਆਏ ਨੇ ਸਬਜ਼ੀਆਂ ਨੂੰ ਤੜਕਾ ਲਾਉਣਾ ਵਧੀਆ ਪਿਆਜ਼ ਪਾਉਣਾ ਇਹ ਕਿਸਾਨ ਕੋਲ ਹੀ ਆਉਂਦੇ ਨੇ ਪਰ ਜਦੋਂ ਕਿਸਾਨ ਗੰਢੇ ਬੀਜਦਾ ਉਦੋਂ 100 ਦੇ
15 किलो होंदे ने पर जदों उपरों आउंदे ने हुण आ रहा भी इह नासक दा प्याज है उह प्याज है स्टोर कीते हुए अज मंडी विच जाके रेट पुछ लिओ जेड़े साडे 100 रुपये दे 15 किलो विकण वाले अज जे उपरों आ रहे ने स्टोर अंबानी होणा दे सामे होए ਉਹ ਸਾਨੂੰ ਕਿੰਨੇ ਮਿਲਦੇ ਨੇ ਅੱਜ ਮੰਡੀ ਵਿੱਚੋਂ ਰੇਟ ਪਤਾ ਕਰਿਓ 100 ਦੇ 2 ਕਿਲੋ ਜੇ ਸਾਡੇ ਕੋਲੋਂ ਜ਼ਮੀਨਾਂ ਖੋਈਆਂ ਗਈਆਂ ਸਾਡੇ ਕੋਲੋਂ ਸਾਡੇ ਹੱਕ ਖੋਏ ਗਏ ਅਸੀਂ ਭੁੱਖੇ ਮਰ ਜਾਵਾਂਗੇ ਇਸ ਕਰਕੇ ਮੈਂ ਬੇਨਤੀ ਕਰਦਾ ਕਿਸਾਨ ਦੁਨੀਆ ਦਾ ਅੰਨਦਾਤਾ ਹੈ ਤਾਂ ਹੀ ਤਾਂ ਆਪਾਂ ਨਾਰਾ ਲਾਉਂਦੇ ਆ ਜੈ ਕਿਸਾਨ ਜੈ ਜਵਾਨ ਸਾਡੀਆਂ ਹੱਦਾਂ ਤੇ ਰਾਖੀ ਕਰਨ ਵਾਲੇ ਸਾਡੇ ਹੀ ਜਵਾਨ ਨੇ और साड़ी हरियाली फसलां नूं उगाउण वाले साडा ढिड भरन वाला वो किसान है आओ एक किसान दी चढ़दी कला एक मुठ हो के आपां इन्हां दा साथ देईए और सरकार नाल लड़ सकीए एक किसान दी परिभाषा ढाडी जथा देखा भला हे इउं दस रहा है ਰਿਸ਼ਪਾਲ ਸਿੰਘ ਜੀ ਸਿੰਪੀ ਸਰਪੰਚ ਸਾਹਿਬ ਉਹਨਾਂ ਵੱਲੋਂ ਚੋਚੇ ਤੌਰ ਤੇ ਆਪਣੇ ਵੀਰਾਂ ਦਾ ਮਾਣ ਕੀਤਾ ਗਿਆ ਸੋਹਣ ਸਿੰਘ ਜੀ ਆਪਣੇ ਪਿੰਡ ਭਣੋੜ ਤੋਂ ਉਹਨਾਂ ਵੱਲੋਂ ਮਾਇਆ ਭੇਜੀ ਗਈ ਔਰ ਬਲਾਕ ਸੰਮਤੀ ਮੈਂਬਰ ਸਹਿਬਾਨ ਮੇਰੇ ਵੱਡੇ ਵੀਰ ਦਰਸ਼ਨ ਸਿੰਘ ਜੀ ਭਣੋੜ ਉਹਨਾਂ ਵੱਲੋਂ ਮਾਇਆ ਭੇਜੀ ਗਈ ਮੋਹੀ ਤੋਂ ਗੁਰਮੁਖ ਪਿਆਰੇ ਉਹਨਾਂ ਵੱਲੋਂ ਹੋਰ ਸਾਡੇ ਨੌਜਵਾਨ ਵੀਰਾਂ ਬਜ਼ੁਰਗਾਂ ਵੱਲੋਂ ਢਾਡੀ ਜਥੇ ਦੇ ਸਨਮਾਨ ਵਿੱਚ ਮਾਇਆ ਭੇਜੀ ਗਈ ਤਹਿ ਦਿਲੋਂ ਧੰਨਵਾਦ ਉਹ ਕਿਸਾਨ ਜਿਹੜਾ ਆਪ ਦੇ ਸਿਰ ਦੇ ਉੱਤੇ ਕੋਰੇ ਸਹਿਣ ਵਾਲਾ ਪੋਹ ਮਾਘ ਦੀ ਠੰਡ ਸਹਿਣ ਵਾਲਾ ਸੱਪਾਂ ਦੀਆਂ ਸਿਰੀਆਂ ਮਿਧਣ ਵਾਲਾ ਉਹ ਕਿਸਾਨ ਅਸੀਂ ਆਰਾਮ ਨਾਲ ਸੌਂਦੇ ਹਾਂ ਔਰ ਕੜਕ ਦੀਆਂ ਧੁੱਪਾਂ ਵਿੱਚ ਅਤੇ ਪੋਹ ਮਾਘ ਦੀਆਂ ਰਾਤਾਂ ਠੰਡੀਆਂ ਵਿੱਚ ਸੱਪਾਂ ਦੀਆਂ ਸਿਰੀਆਂ ਮਿਧਦਾ ਫਿਰਦਾ ਸਾਨੂੰ ਪਾਣਨ ਵਾਲਾ ਉਹ ਕਿਸਾਨ ਦੀ ਪਰਿਭਾਸ਼ਾ ਢਾਡੀ ਜਥਾ ਹੈ ਇਉਂ ਬਿਆਨ ਕਰ ਰਿਹਾ ਹੈ ਤੂੰ ਦੇਸ਼ ਤਰੱਕੀ ਲਈ ਸਾਰੀ ਉਮਰ ਕਾਲਣਾ ਕਾਲੇ ਵਿੱਚ ਧੁੱਪਾ ਕੜਕਦੀਆਂ ਫਸਲਾਂ ਪੁੱਤਾਂ ਵਾਂਗੂ ਪਾਲੇ ਵਿੱਚ ਧੁੱਪਾ ਕੜ
अपने ढाडी वीर का मान किया गया तहे दिलों धन्यवाद करनैल सिंह जी कमिश्नर पिंड पमाल तो उन्होंने वालों भी बेअंत माया भेजी गई सरदार तेलू राम जी बंसल उन्होंने वालों मुलापुर तो माया भेजी गई होर बहुत सारे गुरमुख प्यारे जो अड्डे वड्डी पिंडा तो आए ने नंबरदार जथेदार पंच सरपंच सबना ने ढाडी जथे का माण किया तहे दिलों धन्यवाद किसान की परिभाषा न मिट्टी की हिक पाड़ के सोना गाने वाला वह किसान आओ वह किसान की परिभाषा की चढ़ती कला ढाडी जथा देखा भला हे क्यों दस रहा समा समाप्त है तेलू राम जी माजरी तो उन्होंने वालों भी बेअंत माया भेजी गई दविंदर सिंह जी पनौर उन्होंने वालों होर बहुत सारे गुरमुख प्यारियों वालों जो अड्डो अड्डी पिंडा तो पंच सरपंच नंबरदार उगिया शख्सियत साढ़े दरम्यान सियासी लीडर साहबान भी पहुंचे ने सबना ने ढाडी जथे का सत्कार किया आओ भुला चुका खेमा बोलदे तो कई तरह दी गलतियां हो गई होणगियां अपने छोटे वीर समझ के माफ करना अगला प्रोग्राम मेरे बहुत ही अजीज ढाडी रिशपाल सिंह जी पमाल उस स्टेज की ड्यूटी नूं संभालणगे मैं सारिआं दा धन्नवाद करदा होइआ
खिमा चाहना और सारिया नू बेनती करदा सारे जिन्हें भी तुसी वीर खड़े हो कृपा करके सामने आके बैठने की कृपालता करो। आप खड़े चंगे नहीं लगते, बिछाई पिछी हुई है, सारे जाने कृपा करके बैठने की कृपालता करो। आओ भुलां चुकां दी खिमा, अगला प्रोग्राम साढ़े मेरे वीर ढाडी रिशपाल सिंह जी पमाल वो आपनू दसणगे। वाहेगुरु जी का खालसा, वाहेगुरु जी की फतेह। हर एक नगरां तो पहुंचे हुए मेरे किसान ते करती वीरों, मैं पहला बेनती करदा जिन्हें भी मेरे नौजवान मेरे वीर खड़े ने तुहाडे वास्ते असी वधिया गद्दे लियांदे ने बिछाई ने, कृपा करके बैठण दी कृपालता करो क्योंकि हुण शुरू हो रहा बुलारियां दा प्रोग्राम। देश मेरे दे वीर किसानों, किसानां दे पुत नौजवानों, उजड़ नहीं देना इस धरती तो टोटा सुरगां दा, तुसी दे दिओ साथ बजुर्गां दा, तुसी दे दिओ साथ बजुर्गां दा। अज जे हर पासे नजर मारदे आ नौजवानां दा भी पूरा भरमा इकट्ठा अज दे इस धरने ते इस चक्का जाम ते, मैं सारिआं दा धन्नवाद करदा क्योंकि जिन्हां पंचां सरपंचां दे पास असी जाके आए मैं धन्नवाद करदा जिहड़े इस इकट्ठ नूं इस धरने नूं सफल करन वास्ते मनदीप सिखों पमाल, अमनदीप सिंह हसनपुर, जगदीश जगी सरपंच पमाल, गुरदीप सिंह दीपा सोसाइटी दे प्रधान ईसेवाल, अमरजीत सिंह बद्दोवाल, जरनैल सिंह जी बैंस, प्रदीप सिंह जी खालसा इयाली कला, इन्हां सारिआं ने बलजीत सिंह जी बिट्टू भनोड़ रल के वेखो 22 पिंडां दा इकट्ठ, होर भी इलाके दे लोकी इत्थे पहुंच रहे आ। इत्थे मैं पहली गल कह दियां भई दूजे लई जीन वर्गा कोई विस्माद नहीं, जिहड़ी खुशी ओह दूजियां दी हेल्प करके सहायता करके दूजियां नूं दित्तिआं मिलदी आ ओह कुछ दूजे तो खो के नहीं मिलिआ करदी। सब तो पहला सानूं अज क्योंकि इक पासे धक्का ते धक्का हो रिहा, देखो धक्का ते धक्का हो रहा, साडा चुनिया होया जो पंजाब सरकार दा मुखी मुख मंत्री आ, जे ओनू जवाब मिलदा जे ओनू मिलन दा टाइम नहीं, ये धक्केशाही नहीं, ये धक्केशाही लई पंजाब ही चुनिया गया, ये धक्केशाही लई पंजाबी ओ चुने गए ने देश विच। जदों दी देश दी आजादी, जदों आजादी असी सब तों वध कुर्बानियां करन वाली आ कौम बैठी आ, ते साडा फर्ज बनदा अज असी आपदे अंदरों ईरखा कढ़ीए, ईरखा साडा कढ़ीए, एक दूजे नूं गलबकड़ियां पा के दूजे लई जीण दा कम करिए क्योंकि जिन्ना चिर साडे अंदर साडा रहेगा ओह किसे नूं मिल गया संख बई इच्छा पूर्वक आ बई जिहड़ा मंगेगा बई तेरी मंग पूरी कर दूं, पर इक शर्त आ तैनूं इक मिलू गुआंढी नूं डबल मिलू। ਘਰੇ ਤਾਂ ਲੈ ਗਿਆ ਸ਼ਰਤ ਵੀ ਸੁਣ ਲਈ, ਜਾ ਕੇ ਕਹਿੰਦਾ ਐ ਸੰਖ ਜੀ ਕਹਿੰਦਾ ਘਰੇ ਦੁੱਧ ਦੀ ਕਮੀ ਆ, ਜੇ ਸੱਜਰ ਸੀ ਮੱਝ ਮਿਲ ਜਵੇ ਉਹਦੇ ਇੱਕ ਗੁਆਂਢੀ ਦੇ ਦੋ, ਫਿਰ ਮੋਟਰਸਾਈਕਲ ਦੀ ਮੰਗ ਕੀਤੀ ਉਹਦੇ ਇੱਕ ਗੁਆਂਢੀ ਦੇ ਦੋ, ਦੁੱਕ ਦੁੱਕ ਕਰਦੇ ਉਹਦੇ ਮੁੰਡੇ ਲਈ ਫਿਰਨ, ਪਰ ਹੁਣ ਅੰਦਰ ਈਰਖਾ ਨੇ ਜਨਮ ਲੈ ਲਿਆ ਵੇਖਿਆ ਨਾ ਜਾਵੇ। ਕਹਿੰਦਾ ਐ ਸੰਖ ਜੀ ਜੇ ਘਰ ਦੇ ਗੇਟ ਮੂਹਰੇ ਖੂਹੀ ਦਾ ਪ੍ਰਬੰਧ ਹੋ ਜਾਵੇ, ਖੂਹੀ ਹੋਈ ਤਿਆਰ ਹੋ ਜਾਵੇ, ਹੁਣ ਉਹਦੇ ਇੱਕ ਹੋਈ ਤੇ ਦੂਜੇ ਦੇ ਦੋ ਹੋ ਗਈਆਂ, ਫਿਰ ਆ ਗਈ ਆ ਇਹਨਾਂ ਸਿਖਰ ਦੀ ਹੱਦ ਜਿਹੜੀ ਅੱਜ ਆਪਣੇ 'ਚ ਚੱਲ ਰਹੀ ਆ। ਕਹਿੰਦਾ ਐ ਸੰਖ ਜੀ ਆ ਦੋ ਅੱਖਾਂ ਤੋਂ ਮੈਂ ਕੀ ਕਰਾਉਣਾ, ਮੈਂ ਤਾਂ ਇੱਕ ਨਾਲ ਹੀ ਸਾਰ ਲੂੰਗਾ। ਉਹਦੀ ਇੱਕ ਗਈ ਗੁਆਂਢੀਆਂ ਦੀਆਂ, ਦੋ ਗਈਆਂ ਖੇੜੇ ਖਾ ਖਾ ਕੇ ਉਹ ਖੂਹੀਆਂ 'ਚ ਡਿੱਗੇ। ਆ ਛੱਡਣਾ ਪਊ ਹੁਣ ਈਰਖਾ ਸਾੜਾ ਕਿਉਂਕਿ ਹੁਣ ਗੱਲ ਸਿਰ ਤੋਂ ਲੰਘ ਗਈ ਆ। ਹੁਣ ਮੈਂ ਬੇਨਤੀ ਕਰਦਾ ਜਿਹਨੇ ਇੱਥੇ ਆਏ ਹੋਏ ਨੇ ਗਗਨਾ ਸਰਪੰਚ ਮੋਹੀ ਤੋਂ ਮੇਰਾ ਵੀਰ ਪਹੁੰਚਿਆ, ਸਾਡੇ ਬਹੁਤ ਹੀ ਸਤਿਕਾਰਯੋਗ ਜਸਪਾਲ ਸਿੰਘ ਜੀ ਹੇਰਾ ਪਹਿਰੇਦਾਰ ਦੇ ਮੁਖੀ ਨੇ ਉਹ ਆਏ ਨੇ, ਸੁਖਦੇਵ ਸਿੰਘ ਜੀ ਚੱਕ ਸਭ ਤੋਂ ਪਹਿਲਾਂ
ਇਹ ਜੱਥਾ ਲੈ ਕੇ ਆ ਗਏ। ਬਹੁਤ ਧੰਨਵਾਦ ਜਸਵੀਰ ਸਿੰਘ ਜੀ ਦਲ ਖਾਲਸਾ ਦੇ ਖੰਡੂਰ ਤੋਂ ਉਹ ਆਏ ਹੋਏ ਨੇ, ਧੰਨਵਾਦ ਲਾਲੀ ਭਨੋੜ ਤੋਂ, ਲੰਬੜਦਾਰ ਸ਼ੋਕਰਾ ਤੋਂ ਤੇਜੀ ਜੀ, ਕੀਪਾ ਸ਼ੋਕਰਾ ਤੋਂ, ਅਤੇ ਸਾਡੀ ਮੇਰੇ ਨਗਰ ਦੀ ਸੁਸਾਇਟੀ ਦੇ ਪ੍ਰਧਾਨ ਬਲਵੀਰ ਸਿੰਘ ਜੀ ਸਿੱਧੂ ਉਹ ਜੱਥਾ ਲੈ ਕੇ ਆਏ ਨੇ, ਨਾਲ ਬਾਬਾ ਨਛੱਤਰ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਹ ਵੀ ਆਏ ਨੇ, ਅਤੇ ਭਮਾਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਜੀ ਭਾਈ ਜੀ ਉਹ ਵੀ ਪਹੁੰਚੇ ਨੇ, ਉਜਾਗਰ ਸਿੰਘ ਜੀ ਬਦੋਵਾਲ, ਬਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਰੁੜਕਾ, ਸਰਪੰਚ ਮੇਰਾ ਵੀਰ ਸਿੰਘ ਜੀ ਭਨੋੜ ਉਹ ਵੀ ਜੱਥਾ ਭਨੋੜ ਵਾਲਿਆਂ ਨੇ ਤਾਂ ਬਹੁਤ ਵੱਡਾ ਸਹਿਯੋਗ ਦਿੱਤਾ। ਅੱਗੇ ਮੈਂ ਉਹਨਾਂ ਦੇ ਨਾਂ ਬੋਲਣੇ ਨੇ, ਤੇ ਆੜਤੀਆ ਬੰਟੀ ਭਨੋੜ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਹੁੰਚੇ ਨੇ, ਆੜਤੀਆ ਐਸੋਸੀਏਸ਼ਨ ਜਿਹੜੀ ਪਹੁੰਚੀ ਹੋਈ ਆ, ਤੇ ਲੂ ਰਾਮ ਜੀ ਉਹਨਾਂ ਦੇ ਵਿੱਚ ਆਏ ਹੋਏ ਨੇ। ਇਹਨੂੰ ਇਸ ਦੇ ਕੁਲਵੰਤ ਰੁੜਕਾ ਜੀ, ਖਾਲਸਾ ਟ੍ਰੇਡਸ ਵਾਲੇ ਮੁਕੇਸ਼ ਜੀ ਪ੍ਰਧਾਨ ਜੀ, ਸਹਿਜ ਰਾਮ ਜੀ, ਤੇ ਹੋਰ ਵੀ ਰਜਿੰਦਰ ਸਿੰਘ ਜੀ ਮਾਜਰੀ ਵਾਲੇ, ਇਹ ਸਾਰੇ ਆ ਰਹੇ ਨੇ। ਮੈਂ ਧੰਨਵਾਦ ਕਰਦਾ ਬਹੁਤ ਬਹੁਤ ਤੁਹਾਡਾ। ਜਸਪ੍ਰੀਤ ਸਿੰਘ ਜੱਸੂ ਬਦੋਵਾਲ ਤੋਂ ਸਰਪੰਚ ਜੱਥਾ ਲੈ ਕੇ ਪਹੁੰਚ ਗਿਆ, ਧੰਨਵਾਦ। ਹੁਣ ਮੈਂ ਦਲ ਖਾਲਸਾ ਦੇ ਵੀਰ ਜਸਵੀਰ ਸਿੰਘ ਜੀ ਨੂੰ ਬੇਨਤੀ ਕਰਦਾ ਉਹ 5 ਮਿੰਟ ਵਾਸਤੇ ਤੁਹਾਡੇ ਦਰਸ਼ਨ ਕਰਨਗੇ। ਡਾਕਟਰ ਸੁਖਪ੍ਰੀਤ ਉਦੋਕੇ, ਕਨਵਰ ਗਰੇਵਾਲ ਉਹ ਪਹੁੰਚ ਗਏ ਨੇ, ਉਹਨਾਂ ਨੇ ਵੀ ਤੁਹਾਡੇ ਦਰਸ਼ਨ ਦਿਦਾਰ ਕਰਨੇ ਨੇ। ਲੋ ਆਓ ਜਸਵੀਰ ਖੰਡੂਰ ਜੀ, ਮੇਰੇ ਵੀਰ ਜੀ ਉਹ ਤੁਹਾਡੀ ਸੇਵਾ ਦੇ ਵਿੱਚ 5 ਮਿੰਟ ਵਾਸਤੇ ਦਰਸ਼ਨ ਕਰਨਗੇ। ਬਹੁਤ ਹੀ ਸਤਿਕਾਰਯੋਗ ਇਲਾਕੇ ਭਰ ਚੋਂ ਆਏ ਹੋਏ ਕਿਸਾਨ ਵੀਰੋ, ਪੰਚ ਸਰਪੰਚ ਸਾਹਿਬਾਨ, ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਵੱਖ ਵੱਖ ਸਮਾਜਿਕ ਰਾਜਨੀਤਿਕ ਵਪਾਰਕ ਐਸੋਸੀਏਸ਼ਨ ਦੇ ਨੁਮਾਇੰਦੇ, ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਅਸੀਂ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਸੰਘਰਸ਼ ਦੇ ਵਿੱਚ, ਅੱਜ ਦੇ ਭਾਰਤ ਬੰਦ ਦੇ ਸੱਦੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹਾਂ। ਅਸੀਂ ਆਪਣਾ ਰੋਸ ਅਤੇ ਜੋਸ਼ ਦੋਨੇ ਚੀਜ਼ਾਂ ਜਿਹੜੀਆਂ ਨੇ ਦਿੱਲੀ ਸਰਕਾਰ ਤੱਕ ਪਹੁੰਚਦੀਆਂ ਕਰਨੀਆਂ ਨੇ ਅੱਜ ਦੇ ਇਸ ਪ੍ਰੋਟੈਸਟ ਪ੍ਰੋਗਰਾਮ ਦੇ ਵਿੱਚੋਂ, ਔਰ ਸਰਕਾਰ ਨੂੰ ਇਹ ਦੱਸਣਾ ਵਾ ਕਿ ਪੰਜਾਬ ਦੇ ਨਾਲ ਇਹ ਜੋ ਵਧੀਕੀਆਂ ਦਾ ਦੌਰ ਆ ਇਹਨੂੰ ਖਤਮ ਕਰ ਦਿਓ, ਕਿਤੇ ਇਹ ਨਾ ਹੋਵੇ ਕਿ ਗੱਲ ਜਿਹੜੀ ਤੁਹਾਡੇ ਹੱਥ ਦੇ ਵਿੱਚ ਵੀ ਨਾ ਰਹੇ ਤੇ ਸਾਡੇ ਹੱਥ ਦੇ ਵਿੱਚ ਵੀ ਨਾ ਰਹੇ, ਤੇ ਗੱਲ ਇਸ ਤੋਂ ਕਿਤੇ ਗਾਂਹ ਚਲੀ ਜਾਵੇ ਤੇ ਫਿਰ ਉਸਦਾ ਕੋਈ ਹੱਲ ਨਹੀਂ ਹੁੰਦਾ, ਫਿਰ ਤੁਹਾਨੂੰ ਪਛਤਾਉਣਾ ਪੈਂਦਾ। ਜਿਵੇਂ ਤੁਸੀਂ 1984 ਦੇ ਵਿੱਚ ਫੌਜਾਂ ਦਰਬਾਰ ਸਾਹਿਬ ਉੱਤੇ ਭੇਜ ਕੇ ਜੋ ਪੰਗਾ ਸਿੱਖ ਕੌਮ ਦੇ ਨਾਲ ਲਿਆ ਸੀ ਉਹਦਾ ਅੱਜ ਤੱਕ ਭੁਗਤ ਰਹੇ ਹੋ। ਸੋ ਦਿੱਲੀ ਦਾ ਤਖ਼ਤ ਜਿਹੜਾ ਕਦੇ ਵੀ ਪੰਜਾਬ ਦੇ ਨਾਲ ਇਨਸਾਫ਼ ਨਹੀਂ ਕਰਦਾ, ਤੁਸੀਂ 1947 ਤੋਂ ਦੇਖ ਲਓ, ਉਸ ਤੋਂ ਪਹਿਲਾਂ 1 ਸਦੀ ਦੀ ਗੱਲ ਦੇਖ ਲਓ, 2 ਸਦੀਆਂ ਦੀ ਦੇਖ ਲਓ, 5 ਸਦੀਆਂ ਦੀ ਗੱਲ ਦੇਖ ਲਓ, ਪੰਜਾਬ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਮੇਰੇ ਵੀਰ ਤੁਹਾਡੀ ਸਰਾਫ ਮੈਂ ਨਹੀਂ ਪੜ੍ਹਿਆ ਕਿ ਦਿੱਲੀ ਨੇ ਕਦੇ ਦਿੱਤਾ ਹੋਵੇ ਪੰਜਾਬ ਨੂੰ, ਭਾਵੇਂ ਸਮਾਂ ਕਿਸੇ ਵੀ ਹਕੂਮਤ ਦਾ ਰਿਹਾ ਹੋਵੇ, ਔਰ ਨਾ ਹੀ ਮਿਲਣ ਦੀ ਆਸ ਹੈ। ਜਦੋਂ ਅਸੀਂ ਕਾਲਜ ਦੀ ਸਟੂਡੈਂਟ ਯੂਨੀਅਨ ਵਿੱਚ ਪੜ੍ਹਦੇ ਹੁੰਦੇ ਸੀ ਉਦੋਂ ਸਾਨੂੰ ਨਾਰਾ ਦਿੱਤਾ ਜਾਂਦਾ ਸੀ ਇਨਕਲਾਬ ਜ਼ਿੰਦਾਬਾਦ, ਇਨਕਲਾਬ ਦਾ ਮਤਲਬ ਆਜ਼ਾਦੀ ਹੁੰਦਾ ਵਾ, ਜੋ ਮੇਰੀ ਸਮਝ ਦੇ ਵਿੱਚ ਆ ਕਿ ਆਜ਼ਾਦੀ ਹੀ ਜਿਹੜੀ ਆ ਉਹ ਚਾਹੀਦੀ ਆ। ਜਾਂ ਕਿਹਾ ਜਾਂਦਾ ਸੀ ਹੱਕ ਮੰਗਿਆ ਨਹੀਂ ਮਿਲਦੇ ਖੋਹੇ ਜਾਂਦੇ ਨੇ, ਇਹ 1980 ਦੇ ਦਹਾਕੇ ਦੀ ਮੈਂ ਗੱਲ ਦੱਸ ਰਿਹਾ ਵਾਂ, ਜਦੋਂ ਅਸੀਂ ਕਾਲਜ ਦੇ ਵਿੱਚ ਹੁੰਦੇ ਸੀ ਅਸੀਂ ਨਾਰੇ ਲਾਉਂਦੇ ਸੀਗੇ ਸਟੂਡੈਂਟ ਯੂਨੀਅਨਾਂ ਦੇ ਵਿੱਚ। ਉਹ ਗੱਲਾਂ ਬਿਲਕੁਲ ਦਰੁਸਤ ਨੇ, ਉਹ ਇਤਿਹਾਸ ਦੀ ਖੋਜ ਦੇ ਵਿੱਚੋਂ ਆਈਆਂ ਹੋਈਆਂ ਨੇ। ਤੁਹਾਨੂੰ ਹੱਕ ਜਿਹੜੇ ਆ ਨਹੀਂ ਮਿਲਣੇ, ਜੇ ਮਿਲਣੇ ਆ ਜਿੰਨੇ ਮਿਲਣੇ ਉਹ ਤੁਹਾਡੇ ਦਮ ਕਰਕੇ ਮਿਲਣਗੇ, ਜਿੰਨਾ ਤੁਸੀਂ ਦਮ ਦਿਖਾਓਗੇ ਉਹਨੇ ਦਿੱਲੀ ਝੁੱਕ ਕੇ ਤੁਹਾਡੇ ਜਿਹੜੇ ਹੱਕ ਤੁਹਾਨੂੰ ਦੇਗੀ, ਖੋਣੇ ਪੈਣਗੇ।
ਅਸੀਂ ਕੀ ਕਰਨਾ ਵਾ ਅਸੀਂ ਜਿਹੜੀ ਹੁਣ ਲੜਾਈ ਆ ਇਹ ਕਿਸੇ ਪਾਰਟੀ ਦੀ ਨਹੀਂ ਕਿਸੇ ਧਰਮ ਦੀ ਨਹੀਂ ਕਿਸੇ ਹੋਰ ਫਿਰਕੇ ਦੀ ਨਹੀਂ ਇਹ ਸਮੁੱਚੇ ਪੰਜਾਬ ਦੀ ਅਣਖ ਦੀ ਸਰਵਾਈਵਲ ਦੀ ਲੜਾਈ ਆ ਇਸ ਦੇ ਲਈ ਜਿਵੇਂ ਆਪਾਂ ਸਾਰੇ ਹੁਣ ਇਕੱਠੇ ਹੋਏ ਆ ਸਾਡਾ ਫਰਜ਼ ਬਣਦਾ ਵਾ ਪਾਰਟੀਆਂ ਤੋਂ ਉੱਪਰ ਉੱਠ ਕੇ ਇਕੱਠੇ ਰਹੀਏ ਡਟ ਜਾਈਏ ਸਮਾਜ ਦੇ ਅੱਜ ਕਿਸਾਨਾਂ ਦੇ ਨਾਲ ਧੱਕਾ ਹੋਇਆ ਜਿਹਦਾ ਅਸਰ ਸਾਰੇ ਫਿਰਕਿਆਂ ਦੇ ਉੱਤੇ ਪੈਣਾ ਵਾ ਕੱਲ ਨੂੰ ਇਹ ਧੱਕਾ ਕਿਸੇ ਵਪਾਰੀਆਂ ਦੇ ਉੱਤੇ ਹੋਵੇ ਪੰਜਾਬ ਦਿਆਂ ਉੱਤੇ ਮਜ਼ਦੂਰਾਂ ਉੱਤੇ ਹੋਵੇ ਤਾਂ ਵੀ ਸਾਨੂੰ ਖੜਨਾ ਚਾਹੀਦਾ ਉਦੋਂ ਅੱਖਾਂ ਨਹੀਂ ਮੀਚਣੀਆਂ ਚਾਹੀਦੀਆਂ ਜੇ ਅਸੀਂ ਦੂਸਰੇ ਦੇ ਦੁੱਖ ਵਿੱਚ ਖੜਾਂਗੇ ਤਾਂ ਸਾਡੇ ਦੁੱਖ ਦੇ ਵਿੱਚ ਕੋਈ ਆ ਕੇ ਖੜੇਗਾ ਸਾਨੂੰ ਇਸ ਦੇ ਉੱਤੇ ਪਹਿਰਾ ਦੇਣ ਦੇ ਲਈ ਲੰਬੀ ਲੜਾਈ ਦੇ ਲਈ ਆਪਣੇ ਜਿਹੜੇ ਕਮਰ ਕੱਸੇ ਕੱਸ ਕੇ ਰੱਖਣੇ ਚਾਹੀਦੇ ਆ ਔਰ ਅਸੀਂ ਸੁਣਦੇ ਆਏ ਹਾਂ ਕਿ ਕੌਮ ਨੇ ਕਦੇ ਵੀ ਲੋਕਾਂ ਨੇ ਕਦੇ ਵੀ ਢਿੱਲ ਨਹੀਂ ਰੱਖੀ ਲੋਕਾਂ ਨੇ ਸ਼ਹੀਦੀਆਂ ਵੀ ਦਿੱਤੀਆਂ ਨੇ ਕੁਰਬਾਨੀਆਂ ਵੀ ਕੀਤੀਆਂ ਜੇਲ੍ਹਾਂ ਵੀ ਭਰੀਆਂ ਨੇ ਪਰ ਲੀਡਰ ਵਿਕ ਜਾਂਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਕ ਜਾਣ ਪਰ ਤੁਸੀਂ ਬਾਜ ਅੱਖ ਰੱਖਣੀ ਆ ਕਿਸੇ ਲੀਡਰ ਦੇ ਉੱਤੇ ਉਸ ਤਰ੍ਹਾਂ ਦਾ ਵਿਸ਼ਵਾਸ ਨਹੀਂ ਕਰਨਾ ਆਪਣੇ ਪੰਜਾਬ ਦੀ ਹੱਕ ਕਿਉਂਕਿ ਸਭ ਨੂੰ ਸਮਝ ਆ ਗਈ ਆ ਜੇ ਪਾਣੀ ਨਹੀਂ ਤਾਂ ਕਿਸਾਨੀ ਨਹੀਂ ਜੇ ਕਿਸਾਨੀ ਨਹੀਂ ਤਾਂ ਪੰਜਾਬ ਨਹੀਂ ਗਾ ਸੋ ਅੱਜ ਸਰ ਉਸ ਸਮੇਂ ਦੇ ਉੱਤੇ ਜਦੋਂ ਸਾਰੀਆਂ ਪਾਰਟੀਆਂ ਰਲ ਗਈਆਂ ਨਹਿਰ ਬਣਾ ਦਿੱਤੀ ਪਾਣੀ ਛੱਡਣ ਦੀ ਤਿਆਰੀ ਹੋ ਰਹੀ ਸੀ ਤੇ ਸਾਡੇ ਵੀਰ ਜਿਹਨਾਂ ਨੇ ਜਿਹਨਾਂ ਨੂੰ ਤੁਸੀਂ ਸਿੱਖ ਖਾੜਕੂ ਕਹਿੰਦੇ ਹੋ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵਿਚਾਰਧਾਰਾ ਦੇ ਉੱਤੇ ਚੱਲ ਕੇ ਪਹਿਰਾ ਦੇ ਰਹੇ ਸੀ ਉਹਨਾਂ ਨੇ ਨਹਿਰ ਰੋਕੀ ਆ ਉਹ ਤੁਹਾਡੇ ਸਾਹਮਣੇ ਇੱਕ ਹਕੀਕਤ ਆ ਤੁਸੀਂ ਉਸੇ ਤਰ੍ਹਾਂ ਨਾਲ ਤੁਹਾਡਾ ਫਰਜ਼ ਬਣਦਾ ਜੇ ਕਿਤੇ ਸਟੇਜ ਦੇ ਉੱਤੇ ਖੜੇ ਲੋਕ ਜਾਂ ਮੋਰਚੇ ਦੀ ਅਗਵਾਈ ਕਰਨ ਵਾਲੇ ਲੋਕ ਥਿੜਕਦੇ ਦਿਖਣ ਤੇ ਆਪਣੇ ਝੰਡੇ ਤੁਸੀਂ ਤਾਂ ਚੁੱਕਣੇ ਆ ਉਹਨਾਂ ਦੇ ਹਾਂ ਦੇ ਵਿੱਚ ਹਾਂ ਨਹੀਂ ਰਲਾਉਣੀ ਪੰਜਾਬ ਦੇ ਹੱਕਾਂ ਦੇ ਲਈ ਜਾਗਰੂਕ ਰਹਿਣਾ ਵਾ ਆਪਣੇ ਪਰਪੱਕ ਇਰਾਦੇ ਦੇ ਨਾਲ ਦ੍ਰਿੜ ਇਰਾਦੇ ਦੇ ਨਾਲ ਪਾਰਟੀਆਂ ਬਣਦੀਆਂ ਰਹਿਣਗੀਆਂ ਪਾਰਟੀਆਂ ਆਉਂਦੀਆਂ ਰਹਿਣਗੀਆਂ ਪਾਰਟੀਆਂ ਜਾਂਦੀਆਂ ਰਹਿਣਗੀਆਂ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਸਾਡਾ ਪਰਮ ਫਰਜ਼ ਬਣਦਾ ਵਾ ਮੈਂ ਇੰਨੀਆਂ ਹੀ ਬੇਨਤੀਆਂ ਦੇ ਨਾਲ ਆਪਦੇ ਵੱਲੋਂ ਆਪਣੀ ਸਮੁੱਚੀ ਪਾਰਟੀ ਦਲ ਖਾਲਸਾ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਵਾ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਜਾਂ ਹੋਰ ਕੋਈ ਵੀ ਲੋਕ ਜਿਹੜਾ ਵੀ ਪ੍ਰੋਗਰਾਮ ਦੇਣਗੇ ਅਸੀਂ ਉਹਨਾਂ ਦੀ ਤਹਿ ਦਿਲੋਂ ਸਪੋਰਟ ਕਰਾਂਗੇ ਹਰ ਸੰਘਰਸ਼ ਹਰ ਤਰ੍ਹਾਂ ਦੇ ਸੰਘਰਸ਼ ਦੇ ਲਈ ਅਸੀਂ ਤਿਆਰ ਹਾਂ ਔਰ ਲੜਦੇ ਰਹਾਂਗੇ ਅਖੀਰ ਤੱਕ ਲੜਦੇ ਰਹਿਣਾ ਹੀ ਸਾਡਾ ਫਰਜ਼ ਵਾ ਤੇ ਇੰਨੀਆਂ ਹੀ ਬੇਨਤੀਆਂ ਦੇ ਨਾਲ ਆਪ ਸਾਰਿਆਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਖੰਡੂਰ ਦਲ ਖਾਲਸਾ ਦੇ ਵੱਲੋਂ ਜੋ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਮੈਂ ਇੱਥੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿੰਨਾ ਵੀ ਮੀਡੀਆ ਸੋਸ਼ਲ ਮੀਡੀਆ ਪਹੁੰਚਿਆ ਹੋਇਆ ਡੇਲੀ ਪੋਸਟ ਤੋਂ ਰਣਵੀਰ ਸਿੰਘ ਰਾਣਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲਾਈਵ ਚਲਾ ਰਹੇ ਨੇ ਗੁਲਸ਼ਨ ਮਹਿਕਾ ਜੀ ਇੰਦਰਜੀਤ ਸਿੰਘ ਧੰਨਵਾਦ ਰੰਗਲਾ ਟੀਵੀ USA ਅਮਰਤ ਖੰਨਾ ਜੀ ਲਾਈਵ ਚਲਾ ਰਹੇ ਨੇ ਮੈਂ ਧੰਨਵਾਦ NRI TV ਰਿਸ਼ਪਾਲ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰੋਜ਼ਾਨਾ ਸਪੋਕਸਮੈਨ ਸਰਦਾਰ ਦਲਵੀਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਿੱਖ ਚੈਨਲ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ JP ਲਾਈਵ ਨਕੋਦਰ ਬਿੱਟੂ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਡੇਲੀ ਪੋਸਟ ਵਾਲੇ ਰਾਣਾ ਜੀ ਤੇ ਦੈਨਿਕ ਸੇਵਕ ਸ਼ਿਵਾਲੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਟਾਈਮ ਉਦੇ ਇੰਦਰਪਾਲ ਸਿੰਘ ਉਹਨਾਂ ਦਾ ਵੀ ਧੰਨਵਾਦ PTC ਤੋਂ ਦਵਿੰਦਰ ਨਗਰ ਜੀ ਨਾਗਰ ਜੀ ਮੇਰੇ ਵੀਰ ਜੀ PTC ਵਾਲੇ ਉਹ ਵੀ ਮੈਂ ਸਾਰੇ ਮੀਡੀਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦਵਿੰਦਰ ਸਿੰਘ ਈਸੇਵਾਲ ਰਾਜੂ ਜੱਥਾ ਲੈ ਕੇ ਆਏ ਨੇ ਮੇਰਾ ਵੀਰ ਗੁਰਦੀਪ ਸਿੰਘ ਦੀਪੇ ਈਸੇਵਾਲ ਉਹ 5 ਮਿੰਟ ਵਾਸਤੇ ਹਾਜ਼ਰੀ ਭਰਨਗੇ ਗੁਰਦੀਪ ਸਿੰਘ ਦੀਪਾ ਇਲਾਕੇ ਦੇ ਬਹੁਤ ਹੀ ਜਾਗਦੀ ਜ਼ਮੀਰ ਵਾਲੇ ਮੈਂ ਅੱਜ ਬਜ਼ੁਰਗ ਨਹੀਂ ਕਹੂੰਗਾ ਸਾਰੇ ਨੌਜਵਾਨ ਵੀਰਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਬਜ਼ੁਰਗਾਂ ਦਾ ਨਾਂ ਕਿਉਂ ਨਹੀਂ ਲਿਆ, ਕਿਉਂਕਿ ਜੋ ਕਿਸੇ ਵੀ ਸੰਘਰਸ਼ ਦੇ ਵਿੱਚ ਕੁੱਦ ਪੈਣ ਉਹ ਕਦੇ ਬਜ਼ੁਰਗ ਨਹੀਂ ਹੋਇਆ ਕਰਦੇ। ਉਹ ਨੌਜਵਾਨੀ ਨੇ ਗੱਲ ਖੜੀ ਆ, ਅਸੀਂ ਕਿਸ ਹਲਕੇ ਨਾਲ ਬਿਲੋਂਗ ਕਰਦੇ ਹਾਂ। ਸਾਨੂੰ ਮਾਣ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ, ਜਿਨ੍ਹਾਂ ਨੇ 16 ਸਾਲ ਦੀ ਉਮਰ ਦੇ ਵਿੱਚ ਲੰਡਨ ਦੇ ਵਿੱਚ ਪੜਨ ਗਏ, ਉੱਥੋਂ ਕਸਮ ਖਾ ਕੇ ਦੇਸ਼ ਦੀ ਆਜ਼ਾਦੀ ਲੈਣ ਦੀ ਲਈ ਹਿੰਦੁਸਤਾਨ ਦੇ ਵਿੱਚ ਆ ਕੇ ਸੰਘਰਸ਼ ਕੀਤਾ। ਉਸ ਟਾਈਮ ਉਸ 16 ਸਾਲ ਦੇ ਬੱਚੇ ਨੂੰ ਨਹੀਂ ਸੀ ਪਤਾ ਕਿ ਉਸ ਦੇ ਨਾਲ ਕੋਈ ਤੁਰੇਗਾ ਜਾਂ ਨਹੀਂ, ਪਰ ਉਸ ਦੀ ਦ੍ਰਿੜਤਾ ਸੀ ਕਿ ਉਹ ਆਜ਼ਾਦੀ ਹਾਸਲ ਕਰੇਗਾ। ਅੱਜ ਮੇਰੇ ਵੀਰ ਪਿੰਡਾਂ ਵਿੱਚ ਗੱਲ ਕਰਦੇ ਨੇ, ਜਦੋਂ ਉਹਨਾਂ ਕੋਲੇ ਜਾਂਦੇ ਆ ਵੀ ਇੱਕ ਧਰਨਾ ਕੀਤਾ ਜਾ ਰਿਹਾ, ਉਹਦੇ ਵਿੱਚ ਆਪਾਂ ਹੁੰਮ ਹੁੰਮ ਆ ਕੇ ਪੁੱਛੀਏ ਤਾਂ ਉਹ ਗੱਲ ਕਰਦੇ ਨੇ ਕਿ ਬਿੱਲ ਤਾਂ ਲਾਗੂ ਹੋ ਗਏ, ਹੁਣ ਕੀ ਹੋਊਗਾ। ਮੰਨਦੇ ਆ ਬਿੱਲ ਲਾਗੂ ਹੋ ਗਏ, ਪਰ ਸਾਡੇ ਗੁਰੂਆਂ ਨੇ ਵੀ ਕਿਹਾ ਨਿਸ਼ਚੇ ਕਰ ਆਪਣੀ ਜੀਤ ਕਰੂੰ। ਜੇ ਤੁਹਾਡੇ ਇਰਾਦੇ ਬੁਲੰਦ ਤਾਂ ਇਹ ਜੇ ਮੋਦੀ ਕਈ ਚਕਾਲਮੋਗੇ। ਗੱਲ ਚੱਲੀ ਸੀ ਮੇਰੇ ਵੱਡੇ ਵੀਰ ਜਸਵੀਰ ਸਿੰਘ ਖੰਡੂਰ ਨੇ ਗੱਲ ਕੀਤੀ ਸੀ ਪਿਛਲੇ ਦਹਾਕਿਆਂ ਦੀ, ਉਹ ਬਿਲਕੁਲ ਸੱਚ ਆ। ਉਦੋਂ ਇੰਨਾ ਮੀਡੀਆ ਦਾ ਯੁੱਗ ਨਹੀਂ ਸੀ, ਸਿੱਖ ਕੌਮ ਨਾਲ ਕੀ ਬੀਤਿਆ ਉਹ ਕਿਸੇ ਨੇ ਦਿਖਾਇਆ ਨਹੀਂ, ਪਰ ਹਾਂ ਇਹਨਾਂ ਨੂੰ ਅੱਤਵਾਦੀ ਜ਼ਰੂਰ ਗਰਦਾਨ ਦਿੱਤਾ ਗਿਆ। ਜੇ ਤਾਂ ਦੇਸ਼ ਲਈ ਲੜਦੇ ਆ ਤਾਂ ਇਹ ਸ਼ਹੀਦ, ਜੇ ਆਪਦੇ ਹੱਕਾਂ ਲਈ ਲੜਦੇ ਆ ਤਾਂ ਇਹ ਅੱਤਵਾਦੀ। ਗੱਲ ਚੱਲੀ ਆ ਅੱਜ, ਮੈਂ ਗੱਲ ਪਿੱਛੇ ਨਹੀਂ ਜਾਊਂਗਾ ਕਿਉਂਕਿ ਤਕਰੀਬਨ 3 ਮਹੀਨਿਆਂ ਤੋਂ ਸਾਡੀਆਂ 31 ਕਿਸਾਨ ਜਥੇਬੰਦੀਆਂ ਰੇਲਵੇ ਲਾਈਨਾਂ ਤੇ ਸੜਕਾਂ ਤੇ ਦਿਨਪੁਰ ਰਾਤ ਪਹਿਰਾ ਦੇ ਰਹੀਆਂ ਨੇ, ਪਰ ਇਹ ਦਿੱਲੀ ਦੀ ਹਕੂਮਤ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਵੀ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਵਾ। ਤੁਸੀਂ ਮੈਨੂੰ ਇਹ ਦੱਸੋ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ? ਜੇ ਹਿੱਸਾ ਵਾ ਤਾਂ ਕਿਸ ਮੰਤਰੀ ਵੱਲੋਂ ਸੱਦਾ ਦਿੱਤਾ ਗਿਆ ਇਸ ਕਿਸਾਨ ਜਥੇਬੰਦੀਆਂ ਨੂੰ ਵੀ ਸਾਡੇ ਨਾਲ ਆ ਕੇ ਟੇਬਲ ਤੇ ਗੱਲ ਕਰਨ? ਜੇ ਨਹੀਂ ਦਿੱਤਾ ਗਿਆ ਤਾਂ ਫਿਰ ਸਾਨੂੰ ਕੀ ਸਮਝਣਾ ਚਾਹੀਦਾ? ਅਸੀਂ ਫੇਰ ਵਾਰ ਵਾਰ ਸਟੇਜ ਤੋਂ ਬੇਨਤੀ ਕਰਦੇ ਹਾਂ ਇਸ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲ ਕਰ ਲਓ, ਨਹੀਂ ਤਾਂ ਫਿਰ ਆਖਰੀ ਇੱਕੋ ਹੀ ਰਸਤਾ ਬਚਦਾ ਵਾ ਜੋ ਮਜਬੂਰ ਹੋ ਜਾਂਦਾ ਉਦਾਂ ਕਰਦਾ। ਰਹੀ ਗੱਲ ਅੱਜ ਦੇ ਇਸ ਧਰਨੇ ਦੀ, ਇਹ ਧਰਨੇ ਦੇ ਵਿੱਚ ਮੈਂ ਚਾਹੁੰਦਾ ਹਰ ਇੱਕ ਪਰਿਵਾਰ ਦਾ ਇੱਕ ਬੰਦਾ ਆਉਣਾ ਲਾਜ਼ਮੀ ਆ, ਕਿਉਂਕਿ ਇਹ ਲੜਾਈ ਇੱਥੇ ਅੱਜ ਖਤਮ ਨਹੀਂ ਹੋ ਜਾਣੀ, ਇੱਥੋਂ ਸ਼ੁਰੂ ਹੋਣੀ ਆ। ਮੈਂ ਅੱਗੇ ਬੇਨਤੀ ਕਰੂੰਗਾ ਪਿੰਡਾਂ ਆਏ ਹੋਏ, ਪਿੰਡਾਂ ਤੋਂ ਆਏ ਹੋਏ ਵੀਰਾਂ ਨੂੰ ਬਈ 26 ਤਰੀਕ ਦਾ ਜਿਹੜਾ ਅਗਲਾ ਪ੍ਰੋਗਰਾਮ ਆ ਜਥੇਬੰਦੀਆਂ ਦੇ ਰਹੀਆਂ ਦਿੱਲੀ ਨੂੰ ਜਾਣਦੀਆਂ, ਉਹ ਲਿਸਟਾਂ ਬਣਾ ਕੇ ਰਛਪਾਲ ਸਿੰਘ ਜੀ ਕੋਲੇ ਪਹੁੰਚਦਾ ਕਰਨ, ਤਾਂ ਜੋ ਅਸੀਂ ਆਪਣੇ ਇਸ ਹਲਕੇ ਦੇ ਬੰਦਿਆਂ ਨੂੰ ਰੋਸ ਧਰਨੇ ਵਿੱਚ ਦਿੱਲੀ ਤੱਕ ਸ਼ਾਮਿਲ ਕਰਨ ਦਾ ਪ੍ਰਬੰਧ ਕਰ ਸਕੀਏ। ਗੱਲ ਸਾਡੇ ਇੱਥੇ ਅੱਜ 13 ਮਈ ਦੀ ਨੇੜੀ ਗੱਲ ਸਾਡੇ ਵਜੂਦ ਤੇ ਆ ਗਈ ਆ। ਜਦੋਂ ਗੱਲ ਵਜੂਦ ਦੀ ਆ ਜਾਵੇ ਉਦੋਂ ਕੋਈ ਪਾਰਟੀ ਨਹੀਂ ਦੇਖੀ ਜਾਂਦੀ, ਉਦੋਂ ਗੱਲ ਪੰਜਾਬੀਅਤ ਦੀ ਹੋਣੀ ਚਾਹੀਦੀ ਆ। ਹੁਣ ਗੱਲ ਚੱਲੀ ਆ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੀਟਰ ਦੀ, ਉਹਨਾਂ ਨੂੰ ਕਹਿੰਦੇ ਜੀ ਉਹ ਵੀ ਚੋਣ ਨਹੀਂ ਕਰਵਾਈ ਜਾਊਗੀ, ਉਹ ਵੀ ਕੇਂਦਰ ਤੋਂ ਆਪਣੇ ਆਪ ਹੀ ਨਿਰਧਾਰਿਤ ਕਰ ਦਿੱਤੇ ਜਾਣਗੇ ਪ੍ਰਧਾਨ, ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਸਕੂਲਾਂ ਦੇ ਵਿੱਚ ਜੇ ਇਤਿਹਾਸ ਪੜ੍ਹਾਇਆ ਗਿਆ ਤਾਂ ਇਹ ਆਪਦੇ ਇਤਿਹਾਸ ਨਾਲ ਜੁੜੇ ਰਹਿਣਗੇ। ਸਾਡੇ ਵਿੱਚ ਮੈਂ ਇਹ ਜਿਹੜੇ ਕੌਨਵੈਂਟ ਸਕੂਲ ਆਏ ਆ ਉਹਨਾਂ ਦਾ ਵਿਰੋਧੀ ਨਹੀਂ, ਪਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਵਾਂ ਬਈ ਉਹ ਕੌਨਵੈਂਟ ਸਕੂਲ ਵੀ ਤਾਂ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਖੋਲ੍ਹੇ ਗਏ ਕਿਉਂਕਿ ਤੁਹਾਨੂੰ ਤੁਹਾਡੀਆਂ ਜੜ੍ਹਾਂ ਨਾਲੋਂ ਦੂਰ ਕੀਤਾ ਜਾ ਸਕੇ, ਸ਼ਹੀਦ ਬਾਬਾ ਦੀਪ ਸਿੰਘ ਦਾ ਇਤਿਹਾਸ ਨਾ ਪੜ੍ਹ ਸਕੋ, ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਨਾ ਪੜ੍ਹ ਸਕੋ। ਹੁਣ ਗੱਲਾਂ ਇੱਥੇ ਤੱਕ ਸੀਮਿਤ ਨਹੀਂ ਰਹੀਆਂ, ਬੱਚਿਆਂ ਨੂੰ ਇਤਿਹਾਸ ਦੱਸਣਾ ਪਊਗਾ, ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਪਊਗਾ। ਇਹ ਗੱਲ ਸਾਨੂੰ ਆਪਦੇ ਬਜ਼ੁਰਗਾਂ ਨੂੰ, ਸਾਡੇ ਨੌਜਵਾਨ ਵੀਰਾਂ ਨੂੰ, ਸਾਡੀਆਂ ਮਾਤਾਵਾਂ ਨੂੰ, ਉਹਨਾਂ ਨੂੰ ਲੋਰੀਆਂ 'ਚ ਸੁਣਾਉਣੀ ਪਊਗੀ ਕਿਉਂਕਿ ਇਹ ਤੁਹਾਡਾ ਇਤਿਹਾਸ ਸਕੂਲਾਂ 'ਚ ਉਹਦਾ ਖਤਮ ਕਰਨ ਲੱਗੇ ਆ। ਬਾਕੀ ਅਸੀਂ ਇਹ ਜੰਗ ਲੜਨੀ ਆ ਇਕਜੁੱਟਤਾ ਦੇ ਨਾਲ। ਇਕਜੁੱਟਤਾ ਕਿਵੇਂ ਹੋਊਗੀ? ਸਾਨੂੰ ਹਲਕਿਆਂ ਨੂੰ ਪੂਰੀ ਇਕਜੁੱਟਤਾ ਆਪਦੀ ਪਾਰਟੀ ਭੁੱਲ ਕੇ ਦਿਖਾਉਣੀ ਪਊਗੀ, ਜਿਹੜੀ ਕਿ
जिस निश्चय दे लई असीं इह प्रबंध कीता सी सानूं लगदा असीं उह कदम अगे वध रहे हां क्योंकि इलाके दे पंच सरपंच ते पार्टियां वाले अपनी अपनी पार्टी नूं भुला के इत्थे इक मंच ते बैठे होए ने। बड़ी खुशी की गल आ पर यह पहला हमला वा। असीं अगे फिर बेनती करांगे कि उह होर अपनियां दूरियां दूर करके एकजुट होके अगे लड़िए। इसलिए बुलारे बहुत ने, मैं होर कुछ ना कहिंदा होया तुहाडे तों जे कोई गलती होवे उहदी माफी चाहुंदा। श्री वाहिगुरु जी का खालसा, श्री वाहिगुरु जी की फतिह। बहुत बहुत धन्यवाद गुरदीप ईसे वाल दा जिन्होंने साडे नाल रल के ਇਹ ਧਰਨੇ ਨੂੰ ਸਫਲ ਕਰਨ ਵਾਸਤੇ ਦਿਨ ਰਾਤ ਇੱਕ ਕੀਤਾ। ਮੈਂ ਧੰਨਵਾਦ ਕਰਦਾ ਮੀਡੀਆ ਵਾਲੇ ਸਾਰੇ ਵੀਰਾਂ ਦਾ ਕਿਉਂਕਿ ਜਿੱਥੇ ਸੰਨੀ ਸੂਜਾਪੁਰ ਜੀ, ਰਾਜੂ ਕਲਾਰ ਜੀ, ਜਸਵੀਰ ਸਿੰਘ ਜੀ ਹੇਰਾ, ਸੰਤ ਹਰਭਜਨ ਸਿੰਘ ਜੀ ਲਲਤੋਂ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬੂ ਸਿੰਘ ਜੀ ਭਨੋੜ, ਹਰਕਰਮ ਸਿੰਘ ਜੀ ਰੁੜਕਾ, ਨਿਰਮਲ ਸਿੰਘ ਜੀ ਨੰਬੜਦਾਰ, ਹਰਦੇਵ ਸਿੰਘ ਜੀ ਭਨੋੜ, ਰਿਸ਼ਪਾਲ ਸਿੰਘ ਜੀ ਭਨੋੜ, ਸਾਬਕਾ ਸਰਪੰਚ ਰਮਿੰਦਰ ਸਿੰਘ ਜੀ ਭਨੋੜ, ਬਲੈਕ ਸੰਗਤੀ ਮੈਂਬਰ ਦਰਸ਼ਨ ਸਿੰਘ ਜੀ, ਪਵਨਜੀਤ ਸਿੰਘ ਜੀ ਭਨੋੜ, ਨੰਬੜਦਾਰ ਅੰਮ੍ਰਿਤਪਾਲ ਸਿੰਘ ਜੀ ਭਨੋੜ, ਦਲਵਿੰਦਰ ਸਿੰਘ ਜੀ ਭਨੋੜ, ਕਿਉਂਕਿ ਇਹਨਾਂ ਨੇ ਜਿੱਥੇ ਵੱਡੀ ਸੇਵਾ ਲਈ ਸੀਰਾ ਸਰਪੰਚ ਤੇ ਮੈਂਬਰ ਹਰਕਰਮ ਸਿੰਘ ਜੀ ਰੁੜਕਾ, ਅਮਰਜੀਤ ਸਿੰਘ ਜੀ, ਰਾਮ ਪ੍ਰਤਾਪ ਗੋਇਲ ਜੀ ਤੇ ਸਰਪੰਚ ਕਾਨ ਸਿੰਘ ਜੀ ਬੈਂਸ, ਪੁਸ਼ਪਿੰਦਰ ਸਿੰਘ ਜੀ ਬੱਦੋਵਾਲ ਅਤੇ ਭਜਨ ਸਿੰਘ ਜੀ ਸਰਪੰਚ ਦੇਤਵਾਲ, ਸਾਬਕਾ ਸਰਪੰਚ, ਸਾਬਕਾ ਚੇਅਰਮੈਨ, ਜਥੇਦਾਰ ਕਰਤਾਰ ਸਿੰਘ ਜੀ ਗਹੌਰ ਅਤੇ ਕਾਲਾ ਗਹੌਰ, ਕਾਨ ਸਿੰਘ ਜੀ ਸਰਪੰਚ ਬੈਂਸ, ਕੁਲਦੀਪ ਸਿੰਘ ਜੀ ਗਰੇਵਾਲ ਬੱਦੋਵਾਲ, ਹਰਿੰਦਰ ਸਿੰਘ ਜੀ ਮੁੰਡੀ ਸ਼ਾਹਪੁਰ ਪੈਲ ਤੋਂ ਉੱਥੋਂ ਪਹੁੰਚੇ ਹੋਏ ਨੇ। ਵੇਖੋ ਕੁਹਾਰੀ ਨੇ ਜੰਗਲ ਕੱਟ ਕੇ ਮੂਧਾ ਮਾਰ ਕੇ ਕਲਕਾਰੀ ਮਾਰੀ, ਕਹਿੰਦੀ ਆ ਪਿਆ ਮੂਧਾ ਮਾਰਿਆ। ਜੰਗਲ ਕਹਿੰਦਾ ਕੁਹਾੜੀਏ ਤੇਰੇ ਚ ਹਿੰਮਤ ਕਿੱਥੋਂ ਸੀ, ਜੇ ਮੇਰਾ ਬਣਿਆ ਹੋਇਆ ਦਸਤਾ, ਮੇਰਾ ਭਰਾ ਦਸਤਾ ਤੇਰੀ ਮਦਦ ਨਾ ਕਰਦਾ। ਉਹ ਸਾਨੂੰ ਮਾਰਿਆ, ਗਦਾਰੀਆਂ ਨੇ ਮਾਰਿਆ, ਤੁਸੀਂ ਹੋਵੋਗੇ ਅਮੀਰ, ਸਾਡੀ ਮਰੀ ਨਾ ਜ਼ਮੀਰ, ਅਸੀਂ ਧਰਤੀ ਦੇ ਪੁੱਤ ਧੱਕ ਪਾਉਣੀ ਜਾਣਦੇ, ਦਿਨ ਰਾਤ ਹਾੜੀ ਸੋਹਣੀ ਸੁਹਾਗਣੀ ਤੇ ਪਾਉਣੀ, ਉਹ ਧਰਤੀ ਦੇ ਲਈ ਜਿੰਦ ਲਾਉਣੀ ਜਾਣਦੇ। ਅੱਜ ਤੁਸੀਂ ਸਾਰੇ ਉਹ ਬੈਠੇ ਹੋ ਇੱਥੇ ਜੋ ਆਪਦੀ ਧਰਤੀ ਨੂੰ ਪਿਆਰ ਕਰਦੇ ਹੋਏ, ਆਪਦੀ ਮਾਂ ਨੂੰ ਪਿਆਰ ਕਰਦੇ ਹੋਏ, ਉਹ ਪੁੱਤ ਨੂੰ ਨਿਰਲਾਜਾ ਆਖਿਆ ਗਿਆ, ਉਹ ਪੁੱਤ ਨੂੰ ਨਿਕੰਮਾ ਆਖਿਆ ਗਿਆ, ਜਿਹੜਾ ਅੱਖਾਂ ਸਾਹਮਣੇ ਆਪਣੀ ਮਾਂ ਦੀ ਬੇਇੱਜ਼ਤੀ ਵੇਖ ਲਵੇ ਜਾਂ ਮਾਂ ਦੀ ਬੇਇੱਜ਼ਤੀ ਕਰੇ। ਮੈਂ ਹੁਣ ਬੇਨਤੀ ਕਰੂੰਗਾ ਸੈਫ ਇੰਟਰਨੈਸ਼ਨਲ, ਜੋ ਇਹ ਜਥੇਬੰਦੀ ਹੈ ਸਿੱਖੀ ਅਵੇਅਰਨੈਸ ਫਾਊਂਡੇਸ਼ਨ, ਸ਼ਮਨਦੀਪ ਸਿੰਘ ਜੀ ਕੈਨੇਡਾ ਤੋਂ ਜੋ ਪਹੁੰਚੇ ਹੋਏ ਨੇ, ਜਲ ਦੀ ਪਾਣੀ ਦੀ ਸੇਵਾ ਵੀ ਉਹ ਕਰ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਸਟੇਜ ਦੇ ਨੇੜੇ ਆਉਣਗੇ ਤੇ 5 ਮਿੰਟ ਵਾਸਤੇ ਇੱਕ ਗੀਤ ਆ। ਪ੍ਰਿਤਪਾਲ ਸਿੰਘ ਬਰਗਾੜੀ ਮੇਰਾ ਵੀਰ, ਉਹ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰੇਗਾ, ਫਿਰ ਅਗਲੇ ਬੁਲਾਰੇ ਤੁਹਾਡੇ ਦਰਸ਼ਨ ਕਰਨਗੇ। ਲਓ ਸੁਣੋ ਪਿਆਰ ਦੇ ਨਾਲ ਪ੍ਰਿਤਪਾਲ ਸਿੰਘ ਬਰਗਾੜੀ। ਵਾਹਿਗੁਰੂ 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 ਵਾਹਿਗੁਰੂ। ਸਭ ਤੋਂ ਪਹਿਲਾਂ ਇਤਿਹਾਸ ਦੇ ਪੰਨਿਆਂ ਨੇ ਸਿਰ ਲੱਥ ਸਰਦਾਰਾਂ ਦਾ ਜ਼ਿਕਰ ਕੀਤਾ। ਸਿੱਖੀ ਸਦਾ ਖਿਜਾਵਾਂ ਚ ਮੋਲ ਦੀਏ, ਕਦੇ ਨਹੀਂ ਬਹਾਰਾਂ ਦਾ ਜ਼ਿਕਰ ਕੀਤਾ। ਅਸੀਂ ਸਦਾ ਸ਼ਹੀਦਾਂ ਦੇ ਗੀਤ ਗਾਏ, ਕਦੇ ਨਹੀਂ ਗਦਾਰਾਂ ਦਾ ਜ਼ਿਕਰ ਕੀਤਾ। ਅਦੀ ਕਦੇ ਨਹੀਂ ਜ਼ੁਲਫਾਂ ਦੀ ਬਾਤ ਪਾਈ,
जद भी कीता तलवारां दा जिकर कीता जद भी कीता तलवारां दा जिकर कीता मैं उस सिरजनहार दी कुदरत तो कुर्बान हवा बीच खलियार ते बिन थमयो आसमान डंडौत है साहबा मेरी जी गल विच पलड़े पाके तेरी प्रीत लखावे नगमे तू गावी आपे आके तू कण कण दे विच वसिया एक इच्छा कर दे पूरी तेरी दीद करन दे वाली है दिल दी रीज अधूरी तेरी दीद करन दे वाली है दिल दी रीज अधूरी पलड़े पाके तेरी प्रीत लखावे नगमे तू गावी आपे आके तू कण कण दे विच वसिया एक इच्छा कर दे पूरी तेरी दीद करन दे वाली है दिल दी रीज अधूरी तेरी दीद करन दे वाली है दिल दी रीज अधूरी चल दे सारे जो चंद सूरज ते तारे किते नदियां झील समुंदर तन तन तेरे वरतारे तेरी कुदरत रंग अनोखे है धरत ते लई जरूरी तेरी दीद करन दे वाली है दिल दी रीज अधूरी तेरी दीद करन दे वाली है दिल दी रीज अधूरी ਸਾਡਾ ਬਿਨਾ ਤੇਰੇ ਨਹੀਂ ਸਰਨਾ ਜੋ ਹੱਥ ਚੋਂ ਛੁੱਟ ਜਾਏ ਕੇਰਾ ਉਹਦਾ ਮੁਸ਼ਕਲ ਵੀ ਮਰਨਾ ਤੂੰ ਆਪੇ ਹੀ ਬਲ ਬਖਸ਼ੀ ਤੇਰੇ ਹੁਕਮ ਤੇ ਪਾਈਏ ਪੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀ ਰੀਜ ਅਧੂਰੀ ਤੇਰੀ ਦੀਦ ਕਰਨ ਦੇ ਵਾਲੀ ਹੈ ਦਿਲ ਦੀ ਰੀਜ ਅਧੂਰੀ मूरे बन के हरण भी भजे किते लुक जाए बिच मजलूमा किते हिकां दे विच वजे प्रेम वाला रस पाके लंगर वरतावे चूरी तेरी दीद करन दे आई है दिल दी रीज अधूरी तेरी दीद करन दे वाली है दिल दी रीज अधूरी आड़ी तू बख्श लगा के चरनी सब भुल के चंगी माड़ी ओ मेहरबान गुरपुरे लै मेट आप नाल दूरी तेरी दीद करन दे वाली है दिल दी रीज अधूरी तेरी दीद करन दे वाली है दिल दी रीज अधूरी ਜੋਗੇ ਟਲ ਚਵਰ ਛਤਰ ਤਖਤ ਦੇ ਮਾਲਕ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਦੁਕਾਲੰ ਪ੍ਰਨਾਸੀ ਦੇ ਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਭੂਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਪੰਜਾਬ ਦੇ ਹੱਕਾਂ ਦੇ ਲਈ ਜੂਝ ਰਹੇ ਸਾਰੇ ਹੀ ਨੌਜਵਾਨ ਬਜ਼ੁਰਗ ਆਓ ਕਲੰਗੀਧਰ ਦਸ਼ਮੇਸ਼ ਪਾਤਸ਼ਾਹ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਦੋਵੇਂ ਹੱਥ ਜੋੜ ਕੇ ਬੁਲਾਓ ਫਤਿਹ ਤੇ ਪਾ ਫਤਿਹ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਵੀ ਜਿਹੜਾ ਆਪਾਂ 4 ਅਕਤੂਬਰ ਨੂੰ ਇਕੱਠ ਕੀਤਾ ਸੀ ਉਸ ਤੋਂ ਬਾਅਦ ਅੱਜ ਦੇ ਇਸ ਇਕੱਠ ਦੇ ਵਿੱਚ ਇਕੱਤਰ ਹੋਏ ਆ ਪੰਜਾਬ ਦੇ ਹੱਕਾਂ ਦੇ ਲਈ ਸੋ ਅੱਜ ਜਿਹੜਾ ਵੀ ਇੱਥੇ ਪਹੁੰਚਿਆ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਅਸੀਂ ਕਿਉਂ ਪਹੁੰਚੇ ਹਾਂ ਚਾਹੇ ਉਹ ਕੋਈ ਬੱਚਾ ਹੈ ਚਾਹੇ ਉਹ ਕੋਈ ਬਜ਼ੁਰਗ ਹੈ ਚਾਹੇ ਕੋਈ ਨੌਜਵਾਨ ਹੈ ਸਾਨੂੰ ਪਤਾ ਹੈ ਪੈਰ ਪੈਰ ਤੇ ਸਾਡੇ ਨਾਲ ਦਿੱਲੀ ਧੋਖੇ ਕਰਦੇ ਆਈ ਆ ਤੇ ਦਿੱਲੀ ਨੇ ਧੋਖੇ ਕਰਦੇ ਹੀ ਰਹਿਣਾ ਕਿਉਂਕਿ ਅਸੀਂ ਆਪਣੇ ਜਿਹੜੇ ਹੱਕ ਆ ਉਹ ਛਿੱਤਰ ਦੇ ਜ਼ੋਰ ਤੇ ਲੈਣਾ ਭੁੱਲ ਗਏ ਇੱਕ ਗੱਲ ਜਵਾਬ ਦਿਓ ਜੇ ਮੇਰੇ ਵੀਰੋ ਮੇਰੇ ਤੋਂ ਸਿਆਣੀ ਉਮਰ ਦੇ ਬਜ਼ੁਰਗੋ
कि जे बाबा बंदा सिंह बहादुर दिल्ली दरबार दे औरंगजेब दे अगे जाके कालियां झंडियां लेके बह जांदा कि औरंगजेब तेरे सूबे सरहंद ने छोटे साहबजादे शहीद कर दे ते की उन्हें इंसाफ देना सी नहीं सी देना उन्हें डांग दे नाल लिया इतना ले टकड़का दित्ती दिल्ली ते सरहंद दी प्यारे समा ज्यादा नहीं लेना आप इको कविता बोल के खिमा दे जाचक हो जाना दिल्ली नू कुछ सवाल ने ते दिल्ली नू लानता ने आओ जिस तरह दिल्ली साडे नाल कर दी ने असी दिल्ली दे लई की कुछ कीता ज्यादा समा ना लेंदे होए कविता जथे पासों सरवण करियो जी सिक्का वारी दिल्ली ए क्यों होवे बेईमान लोड़ा लई पकपूर दी फिर भुल जाए एहसान दिल्ली ए तू दिल दी ए खोटिए सुन मेरे दिल दे सवाल मुड तो ही रख दी तू दस क्यों ईरखा पंजाबियां दे नाल मुड तो ही रख दी तू दस क्यों ईरखा नी सिख कौम नाल दस का तो भुल जे भुलकड़े दस का तो भुल जे भुलकड़े कीते होए बार उपकार रहे ने बचाउंदे तैनू राणिए हर समय सिंह सरदार रहे ने बचाउंदे तैनू राणिए हर समय सिंह सरदार ओ दिल्लीए तू दिल दिए खोटिए सुन मेरे दिल दे सवाल मुड तो ही रख दी तू दस क्यों ईरखा पंजाबियां दे नाल मुड तो ही रख दी तू दस क्यों ईरखा नी सिख कौम नाल दस का तो भुल जे भुलकड़े दस का तो भुल जे भुलकड़े कीते होए बार उपकार रहे ने बचाउंदे तैनू राणिए हर समय सिंह सरदार रहे ने बचाउंदे तैनू राणिए हर समय सिंह सरदार पेटा है चढ़ाई सीस पुराने नौवें गुरु चांदनी दे चौंक सुन के लुकाई जांदी कंबनी सारी दुनिया ही जावे चौंक सुन के लुकाई जांदी कंबनी सारी ही लुकाई जावे चौंक पुठे कारे कर दी निकम्मी है पुठे कारे कर दी निकम्मी है मत तैनू देवे करतार रहे ने बचाउंदे तैनू राणिए हर समय सिंह सरदार रहे ने बचाउंदे तैनू राणिए हर समय सिंह सरदार आए फे पहाड़ी राजे चढ़ के आए फे पहाड़ी राजे चढ़ के आनंदा वाले पुरी लई के रे आटे दी बना के गऊ आख दे छड्डो किला लाए बिना देर आटे दी बना के गऊ आख दे छड्डो किला लाए बिना दे जेड़े सी गे सोहा का के मुकरे जेड़े सी गे सोहा का के मुकरे तेरे यो पैरो हुकार रहे ने बचाउंदे तैनू राणिए हर समय सिंह सरदार रहे ने बचाउंदे तैनू राणिए हर समय सिंह सरदार टके टके उत्ते जदों विकियां टके टके उत्ते जदों विकियां गजनी बजारतियां थोड़ियां खालसे दे बारह सीगे वजदे ला जांदे मुगल वी गोडियां खालसे दे बारह सीगे वजदे ला जांदे मुगल वी गोडियां सीने उत्ते वजे प्रतपाल दे सीने उत्ते वजे प्रतपाल दे कीते जो चौरासी वाले वार रहे ने बचाउंदे तैनू राणिए हर वेले सिंह सरदार रहे ने बचाउंदे तैनू राणिए हर वेले सिंह सरदार रहे ने बचाउंदे तैनू राणिए हर समय सिंह सरदार सो दिल्ली नू आख दईए के छड़ के पंजाली चुक लिया जे हथियारां नू नहीं लभणी लुकण नू थां तेरे परिवारां नू
ਇੱਥੇ ਬੜੇ ਜੀ ਆਉਂਦੇ ਫਿਰਦੇ ਭਾਈ ਬਘੇਲ ਜਹੇ ਤੇਰੇ ਲਾਲ ਕਿਲੇ ਤੇ ਲੈ ਕੋਈ ਝੰਡਾ ਚੜ ਜਾਊ ਦਿੱਲੀਏ ਅਣਖ ਵੰਗਾਰ ਨਾ ਗੈਰਤ ਮੰਦਾਂ ਦੀ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਊ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਹੁਣ ਬੁਲੰਦੀ ਖਿਮਾ ਬਲਾਉ ਫਤਿਹ ਤੇ ਪਾਉ ਫਤਿਹ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਤਪਾਲ ਸਿੰਘ ਜੀ ਦਾ ਇਹ ਸਮੂਹ ਕਮਿਸ਼ਨਰੀ ਜਥੇ ਦਾ ਮੈਂ ਧੰਨਵਾਦ ਕਰਦਾ ਦਲਜੀਤ ਸਿੰਘ ਜੀ ਸਰਪੰਚ ਰੁੜਕਾ ਰਣਵੀਰ ਸਿੰਘ ਜੀ ਸਰਪੰਚ ਰੁੜਕਾ ਰਾਮ ਆਸਰਾ ਜੀ ਚੱਕ ਕਲਾਂ ਲਖਵੀਰ ਸਿੰਘ ਜੀ ਸਰਪੰਚ ਦੇਤਵਾਲ ਚੇਅਰਮੈਨ ਭਜਨ ਸਿੰਘ ਜੀ ਦੇਤਵਾਲ ਵਰਿੰਦਰ ਸਿੰਘ ਜੀ ਸਰਪੰਚ ਦਾਖਾ ਬਿੱਟੂ ਦਾਖਾ ਪ੍ਰਧਾਨ ਟਰੱਕ ਯੂਨੀਅਨ ਉਹ ਵੀ ਜਥਾ ਲੈ ਕੇ ਆਏ ਨੇ ਡਾਕਟਰ ਸੁਖਪਾਲ ਸਿੰਘ ਜੀ ਈਸੇਵਾਲ ਤੋਂ ਆਏ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਅਤੇ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਮਨਜੀਤ ਸਿੰਘ ਜੀ ਪਰੋਵਾਲ ਚੇਅਰਮੈਨ ਸਾਹਿਬ ਹਰਦਿਆਲ ਸਿੰਘ ਜੀ ਚੱਕ ਕਲਾਂ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗਦਾਰ ਨਾਲ ਹੈਗਰਟ ਇੱਕ ਅੰਗਰੇਜ਼ ਹੋਇਆ ਜਿਹੜੇ ਗਦਾਰੀ ਕਰਦੇ ਆ ਤੁਸੀਂ ਕਵਿਤਾ ਸੁਣੀਆਂ ਵੀ ਦਿੱਲੀ ਨੇ ਤਾਂ ਕੀਤਾ ਹੀ ਨਹੀਂ ਇਨਸਾਫ ਦੇਸ਼ ਦੀ ਆਜ਼ਾਦੀ ਤੋਂ ਦੇਖੋ ਦੋ ਮਹੀਨੇ ਪੂਰੇ ਨਹੀਂ ਹੁੰਦੇ ਦੋ ਮਹੀਨੇ 10 ਅਕਤੂਬਰ 1947 ਸੀ ਜਦੋਂ ਸਾਡੇ ਗਲ ਦੇ ਵਿੱਚ ਆਹ ਮੈਡਲ ਪਾ ਦਿੱਤਾ ਗਿਆ ਸੀ ਤੁਸੀਂ ਜੁਰਾਇਮ ਪੇਸ਼ਾ ਕੌਮ ਹੋ ਧੱਕਾ ਉਦੋਂ ਤੋਂ ਸ਼ੁਰੂ ਹੋ ਗਿਆ ਅੱਜ ਵੀ ਧੱਕੇ ਦੀ ਹੋਈ ਗੱਲ ਆ ਪੰਜਾਬੀਆਂ ਨੂੰ ਪੰਜਾਬ ਨੂੰ ਟਾਰਗੇਟ ਬਣਾਇਆ ਜਾ ਰਿਹਾ ਪੰਜਾਂ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਤੁਹਾਨੂੰ ਦਵਾਇਆ ਜਾ ਰਿਹਾ ਹੈ ਵੇਖੋ ਪਰ ਕੌਮ ਦੇ ਵਿੱਚ ਗਦਾਰ ਨਾ ਹੋਣ ਲਾਲੂ ਤੇਜੇ ਨੇ ਗਦਾਰੀ ਕੀਤੀ ਕਹਿੰਦਾ ਜਦੋਂ ਆ ਸਾਡੀਆਂ ਸਿੱਖ ਯੁੱਧ ਅੰਗਰੇਜ਼ਾਂ ਦੇ ਨਾਲ ਹੋਏ ਨਾ ਆ ਸਤਲੁਜ ਦਰਿਆ ਤੇ ਪਹਿਲਾ ਯੁੱਧ ਹੋਣਾ ਸੀ 18 ਦਸੰਬਰ 1845 ਨੂੰ ਜਿਹਨੂੰ ਮੁਦਕੀ ਦਾ ਜੰਗ ਆਖਦੇ ਆ ਫਤਿਹਗੜ੍ਹ ਸਾਹਿਬ ਤੇ ਫਤਿਹਗੜ੍ਹ ਸਭਰਾਵਾਂ ਤੇ ਕੱਚਾ ਕਿਲਾ ਬਣਾਇਆ ਗਿਆ ਉਹਦਾ ਨਕਸ਼ਾ ਲਾਲ ਸਿੰਘ ਨੇ ਫਿਰੋਜ਼ਪੁਰ ਛੋਣੀ ਦਾ ਜਿਹੜਾ ਮੁਖੀ ਸੀ ਉਹਨੂੰ ਘੱਲਿਆ ਕਿਉਂਕਿ ਉਹਦੇ ਨਾਲ ਉਹਦਾ ਮੇਲ ਮਿਲਾਪ ਸੀ ਜਦੋਂ ਨਕਸ਼ਾ ਘੱਲ ਦਿੱਤਾ ਨਾ ਇੱਥੇ ਲਿਖਣ ਵਾਲਿਆਂ ਨੇ ਵੇਖੋ ਕਿੱਡੀ ਵੱਡੀ ਗੱਲ ਆਖੀ ਆ ਉਹ ਕਹਿੰਦਾ ਜਿਵੇਂ ਇੱਕ ਬਾਪ ਆਪਣੀ ਮੁਟਿਆਰ ਧੀ ਦਾ ਹੱਥ ਕਿਸੇ ਬਦਮਾਸ਼ ਨੂੰ ਫੜਾ ਦੇਵੇ ਉਹਨੇ ਆਹ ਕੰਮ ਕੀਤਾ ਆਹ ਮਾੜੇ ਹੁੰਦੇ ਨੇ ਕਹਿੰਦਾ ਮੈਂ ਬੇਨਤੀ ਕਰਦਾ ਬਈ ਬਹੁਤ ਦੇਖੋ ਉਧਰ ਕਿੱਡਾ ਵੱਡਾ ਜਥਾ ਆ ਰਿਹਾ ਤੇ ਸਾਰੇ ਮੇਰੇ ਵੀਰ ਬਹਿਦੋ ਸਾਰੇ ਦੀਪ ਸੰਧੂ ਲੁਧਿਆਣੇ ਆ ਗਿਆ ਲੱਖਾ ਸਧਾਣਾ ਮੇਰਾ ਵੀਰ ਡਾਕਟਰ ਸੁਖਪ੍ਰੀਤ ਉਦੋਕੇ ਕਨਵਰ ਗਰੇਵਾਲ ਉਹ ਸਾਹਮਣੇ ਉਹ ਆ ਰਹੇ ਨੇ ਉਹਨਾਂ ਨੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਨੇ ਸ਼ਮਨਦੀਪ ਸਿੰਘ ਜੀ ਸੈਫ ਵਾਲੇ ਆ ਸਾਡੇ ਨਾਲ ਖੜੇ ਨੇ ਮੇਰੇ ਵੀਰ ਜੀ ਬਹੁਤ ਇਹਨਾਂ ਦੀ ਵੱਡੀ ਜਥੇਬੰਦੀਆਂ ਕੈਨੇਡਾ ਤੋਂ ਆਏ ਨੇ ਸਪੈਸ਼ਲ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸ਼ਮਨਦੀਪ ਸਿੰਘ ਜੀ ਜਬੈ ਬਾਣ ਲਾਗਿਓ ਤਵੈ ਰੋਸ ਜਾਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਆਪਾਂ ਇੱਥੇ ਸਾਰੇ ਬੈਠੇ ਹਾਂ ਆਪਾਂ ਨੂੰ ਪਤਾ ਕੀ ਹੋ ਰਿਹਾ ਅਸੀਂ ਬਾਹਰ ਕੈਨੇਡਾ ਵਿੱਚ ਯੂਰਪ ਚ ਜਿੱਥੇ ਜਿੱਥੇ ਬੈਠੇ ਹਾਂ ਤੁਹਾਡੇ ਹਰ ਪਲ ਪਲ ਦੀ ਖਬਰ ਅਸੀਂ ਦੇਖ ਰਹੇ ਹਾਂ ਵੀ ਕਦੋਂ ਕੋਈ ਚੰਗਾ ਸੁਨੇਹਾ ਆਵੇ ਪਰ ਇਹ ਧੱਕਾ ਆਪਣੇ ਨਾਲ ਮੁੱਢ ਤੋਂ ਹੁੰਦਾ ਆਇਆ ਤੁਸੀਂ ਦੇਖੋ ਆਪਾਂ ਆਪਣੀ ਕੌਮ ਰਿਵੀਲੀਅਸ ਕੌਮ ਆ ਆਪਾਂ ਜਦੋਂ ਗੁਰੂ ਨਾਨਕ ਮਹਾਰਾਜ ਨੇ ਬਚਪਨ ਚ ਜਨੇਊ ਪਾਉਣ ਤੋਂ ਇਨਕਾਰ ਕਰਤਾ ਸੀ ਉਦੋਂ ਹੀ ਰੈਵੋਲੂਸ਼ਨ ਸ਼ੁਰੂ ਹੋ ਗਿਆ ਸੀ ਉਦੋਂ ਤੋਂ ਹੀ ਪਤਾ ਲੱਗ ਗਿਆ ਸੀ ਸਾਰਿਆਂ ਨੂੰ ਵੀ ਇਹ ਕੁਛ ਵੱਖਰਾ ਕਰਨਗੇ ਇਹ ਕੁਛ ਵੱਖਰੇ ਬੰਦੇ ਆ ਵਾਰ ਵਾਰ ਹਰ ਗੱਲ ਤੇ ਆਪਾਂ ਖੜੇ ਹਾਂ ਖੜਦੇ ਰਹੇ ਹਾਂ ਮੂਵਮੈਂਟਾਂ ਚੱਲਦੀਆਂ ਨੇ ਆਹ ਮੂਵਮੈਂਟ ਦੀ ਬਹੁਤ ਲੋੜ ਸੀ ਤੁਸੀਂ ਸਾਰੇ ਇਕੱਠੇ ਹੋਏ ਹੋ ਬੜੀ ਵਧੀਆ ਗੱਲ ਆ ਇਹ ਆਪਾਂ ਸਾਰੇ ਇਸੇ ਤਰ੍ਹਾਂ ਇੱਕ ਮੁੜਤਾ ਦਾ ਸਬੂਤ ਦਈਏ ਤੇ ਸਾਰੇ ਸਾਰੇ ਜਿਹੜੇ ਐਜੂਕੇਸ਼ਨ ਹੁੰਦੇ ਨੇ ਉਹਦੇ ਵਿੱਚ ਸ਼ਾਮਿਲ ਹੋਈਏ ਵੱਧ ਚੜ ਕੇ ਇਹ ਮਸਲੇ ਇਕੱਲੇ ਇੱਥੇ ਨਹੀਂ ਰੁਕ ਜਾਂਦੇ ਬੜੇ ਵੱਡੇ ਮਸਲੇ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਹੋ ਗਏ ਆਪਣੀ ਬੋਲੀ ਦੇ ਮਸਲੇ ਹੋ ਗਏ
कि आपां हुण बहुत इत्थे सुणन नूं मैनूं मिलदा अक्सर इत्थे पंजाब विच तकरीबन 130-135 स्कूल ने जिथे साडियां सेवावां चलदियां मैनूं जाण दा मौका मिलदा बच्चों नूं मिलण दा मौका मिलदा एक गल हर बच्चा कहिंदा जी असीं बाहर जाणा बाहर जाणा बाहर जाणा ते मैं उहनां नूं कहिंदा वी बाहर जाणा जाओ माड़ी गल नहीं चलो इत्थे हालात आपां कहिंदे आ खराब ने बच्चे बाहर भेजो पर संगत जी बाहर भी जाके वह ताही कुछ करनगे जे पढ़ लिख जाणगे अपने बहुतात जिहड़े बच्चे स्टूडेंट इत्थों बेचते कनेडा जा रहे ने बाहरे मुल्कां च जा रहे ने उत्थे जाके लेबर क्लास विच लग रहे ने जां टैक्सियां च लग रहे ने जां ट्रक चला रहे ने जां रेस्टोरेंटां विच समान धोंदे ने भांडे धोंदे ने अपनियां बच्चियां इत्थों तुसीं आपां 16 साल इक बच्चे नूं वड्डा करना 16 सालों तो बाद जो बच्चे नूं पाल के आपां वड्डा कीता बाद च आपां कहिंदे जा भज जा तूं अमेरिका चले जा कैनेडा चले जा साढ़े कोल इहो जिहे उत्थे केस आउंदे आ वी 16-17 साल की बच्ची जिहनूं हजे पता नहीं घरों बाहर नहीं कदे गई वह बच्चियां दा अब्यूस हुंदा वा वह ना कि दस सकदियां ने ना कि जा सकदियां ने सो इस करके बच्चे भेजना ट्रेंड पहला बड़ा वधिया सी बच्चे इत्थों पढ़ के 2 साल यूनिवर्सिटी कॉलेज विच ला के फिर बाहर जांदे सी उत्थे जाके कोई ना कोई कोर्स कंप्लीट करदे सी अजकल सारी अपनी यंग जनरेशन बाहर भी जा रही है पंजाब छड्ड रहे हैं असीं भगौड़े हो रहे हैं उस तों बाद उत्थे जाके भी लेबर क्लास जा रहे हैं दुखांत इह आ जद तक अपनी कम्यूनिटी एजुकेटेड नहीं होंदी आपां रिसर्चर्स किन्ने बिठाए ने अपने बंदे नैसा च किन्ने बैठे ने किन्नियां कंपनियां दे सीईओ अपने सिख ने असी पिछे जे लुधियाणे च कोई फैक्टरी आ उत्थों बच्चों दी शर्टां बनाउणे हुंदे आ थोक ते कट्ठियां बन जांदियां बच्चों नूं वंडण वास्ते उहदे कोल बैठे सीगा भाई तां तूं किन्ना समान लैंदे आ भी तूं दसवंद नहीं कढ़दा दसवंद कढ़ वह कहता आ देखो मेरे को लिस्ट वो जैनी धर्म नूं बिलोंग करता सी उन्हें लिस्ट कढ़ी कहता इन्ने लख रुपया इन्ने दे चुके हैं असी साढ़े आ इन्ने इन्ने IPS अफसर ने इत्थे इत्थे बैठे जिहड़े बच्चे असी पढ़ाए ने फंड कितने इत्थे इत्थे नियुक्त किए हुए आ अपने कोल की आ अपने कोल किहड़ा रिकॉर्ड आ दिखाउण वास्ते भी आपां देखो जी अपने आह बच्चे ने पढ़ाए ने ते कित्थे पहुँचाते जद अपने बच्चे उच्चियां पोजिशनां ते जाणगे बाहरलियां कंट्रियां विच बुलारे बणगे इंटरनेशनल बुलारे बणगे खोज करनगे इकोनॉमिक्स दीआं PhD करके कितें बैठणगे तां अपनी गल तुरनी आ नहीं तक तां इत्थे रोड ते खड़गे सिर्फ आपां नूं पता अपना मीडिया वा आपां ही देखणा वा जद तक गल वर्ल्ड लैवल ते नहीं जांदी है कि दुनिया बहुत वड्डी हो गई आ बड़ा सौखा हो गया दुनिया नूं रीच करना पर जिहड़ा अपनी आपां अपनी पंजाबी बोली च गल करनी उहदी सीमित रीच आ थोड़े बंदे तक पहुँच सकदे आ इस करके आपां नूं होरां कौम देखो जीवश कौम आ खत्म हो गई सी इक वक्त ते पर उह देखो किवें वड्डे हो गए ने अमेरिका विच सारियां वध तों वध कंपनियां दे सीईओ सीईओ हुंदा जिहड़ा सब तों वड्डा सारा काम सांभदा हुंदा अमेरिका दीआं ज्यादा कंपनियां दे सीईओस जीवश ने सो आपां देखणा भी अपने मंजी थल्ले सूटा फेर के भी आपां की करें एजुटेशन करना ठीक आ इह भी इक पड़ाव आ इह भी इक लोड आ पर इस तों कढ के लै के जाइए भी आपां इत्थों गल्लां सुण लईआं लैक्चर कर रहे हैं कोई अपनी पार्टी के हित वास्ते आया कोई अपने परसनल हित वास्ते आया वा ये तो कढ के आपां तुसीं कल्ले कल्ले लैके जाना वा सुन के जाण दा कोई फायदा नहीं हैगा आपां कल्ले कल्ले जिम्मेवारी आ ना कि इत्थे बंदा खड़ा बुलारा उहदी जिम्मेवारी आ बुलारा बहि के जांदा बुलारा लुक जांदा डर जांदा धमकाया जांदा वा जो कुछ भी हुंदा पर तुसीं थोड़ी सोच आजाद आ उहनूं आजाद रखो किसी एक बंदे ते निर्भर ना होवो यही बेनतियां ने बाकी साढ़े NRI भरा वालों सरी तों मैं आया 11 साल का जो मैं पिट दिखाई सी पंजाब नूं ते उत्थे वड्डा होया उत्थे स्कूल गया मैं उत्थे पढ़िया वा साढ़े सारे मेरे NRI जो पता लगे भी मैं इत्थे मैनूं थोड़ा 2 मिंट बोलना वा तो उन्होंने कहा भाई साढ़े सारे वल्लों कही भाई तुहाडे नाल आ हाँ पिट दिखाई बैठे हाँ लुके बैठे हाँ सानूं कोई डर नहीं पुलिस का फंड असीं दे सकदे हाँ एडमिशन साडी साडे NRI कर रहे ने असीं स्कूल बना रहे पिंडां च डिफरेंट डिफरेंट काम कर रहे अपनी संस्था भी NGO NRI सहयोग दिंदे तां चलदियां ने सो असी लगे हुए हाँ जिन्नी जिते साड़ी लोड़ हैगी सारे पंजाबी किसान तुहाडे नाल ने चाहे बाहर बैठे ने चाहे इत्थे ने सो इस करके आपां ये मोर्चे भी लाने जरूरी है पर मेरी एक गल जरूर कढ के लै जायो घरे अपने बच्चों नूं उच्ची उच्ची विद्या देनी आ सिर्फ बाहर जाण दा सुपना ना होवे सुपना होवे बजे वड्डे लैवल ते पहुँचा के फिर बाहर जावे बच्चा मेरा किसी लैवल ते पहुँचाओ अगे आपां PhD करवाउंदे सी हुण इह रुझान घट गया वा यही मेरी बेनती ने
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਮਨਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਜੋ ਸੈਫ ਦੇ ਸੀਓ ਨੇ ਤੇ ਕੈਨੇਡਾ ਤੋਂ ਜੋ ਇਹਨਾਂ ਦਾ ਕਾਰਜ ਆ ਉਹ ਤੁਹਾਡੇ ਨਾਲ ਸਾਂਝਾ ਕਰਕੇ ਗਏ ਨੂੰ ਮੈਂ ਧੰਨਵਾਦ ਕਰਦਾ। ਇੱਥੋਂ 12 ਕਿਲੋਮੀਟਰ ਦੀ ਦੂਰੀ ਤੇ ਇਹ ਹਲਕੇ ਦਾ ਪਿੰਡ ਆ ਸਰਾਭਾ। ਅੱਜ ਤੋਂ 10 ਦਿਨ ਬਾਅਦ ਉਹ ਜੋਧੇ ਦਾ ਸ਼ਹੀਦੀ ਦਿਨ ਆ, ਸ਼ਹੀਦੀ ਦਿਨ ਉਸ ਦਾ ਕਰਤਾਰ ਸਿੰਘ ਸਰਾਭੇ ਦਾ। ਉਹਦਾ ਦਾਦਾ ਬਦਨ ਸਿੰਘ ਆਖਰੀ ਮੁਲਾਕਾਤ ਤੇ ਗਿਆ। ਦਾਦਾ ਬਦਨ ਸਿੰਘ ਥੋੜਾ ਜਿਹਾ ਝੂਰਦਾ, ਬਈ ਤੇਰੀ ਉਮਰ ਛੋਟੀ ਆ ਪੁੱਤਰਾ, ਤੂੰ ਫਾਂਸੀ ਦੇ ਤਖ਼ਤ ਤੇ ਚੜ੍ਹਨ ਲੱਗਿਆ 19 ਸਾਲ ਦੀ ਉਮਰ ਕੀ ਹੁੰਦੀ ਆ। ਜਦੋਂ ਝੂਰਨ ਲੱਗਿਆ ਕਰਤਾਰ ਸਿੰਘ ਸਰਾਭੇ ਨੇ ਆਖਿਆ, ਬਾਬਾ ਜਿਹੜਾ ਆਪਣੇ ਗੁਆਂਢ ਦੇ ਵਿੱਚ ਬਜ਼ੁਰਗ ਰਹਿੰਦਾ ਸੀ, ਮੈਨੂੰ ਬੜਾ ਪਿਆਰ ਕਰਦਾ ਸੀ, ਉਹ ਦਾਦਾ ਕਹਿੰਦਾ ਉਹ ਨਾ ਪਿਛਲੇ ਸਾਲ ਹੈਜ਼ੇ ਦੀ ਬਿਮਾਰੀ ਸੀ, ਉਹਦੇ ਨਾਲ ਉਹਦੀ ਮੌਤ ਹੋ ਗਈ। ਜਿਹੜਾ ਗਲੀ ਦੇ ਮੋੜ ਤੇ ਉਹ ਵੀ ਬਜ਼ੁਰਗ ਮੈਨੂੰ ਬੜਾ ਪਿਆਰ ਕਰਦਾ ਹੁੰਦਾ ਸੀ, ਉਹ ਠੀਕ ਠਾਕ ਆ। ਬਦਨ ਸਿੰਘ ਕਹਿੰਦਾ ਨਹੀਂ ਪੁੱਤ, ਉਹ ਵੀ ਚੜ੍ਹਾਈ ਕਰ ਗਿਆ। ਜਦੋਂ ਆ ਦੋ ਗੱਲਾਂ ਕਹੀਆਂ ਦਾਦੇ ਨੇ, ਫਿਰ ਬੋਲਿਆ ਕਰਤਾਰ ਸਿੰਘ ਸਰਾਭਾ, ਕਹਿੰਦਾ ਬਾਬਾ ਫਿਰ ਤੂੰ ਕਿਉਂ ਝੂਰਦਾ, ਤੈਨੂੰ ਮਾਣ ਹੋਣਾ ਚਾਹੀਦਾ, ਸ਼ਹੀਦੀ ਦਾ ਗੁਣੀਆਂ ਆਪਣੇ ਪਰਿਵਾਰ ਤੇ ਪੈਣ ਲੱਗਿਆ, ਇਹ ਤੈਨੂੰ ਮਾਣ ਹੋਣਾ ਚਾਹੀਦਾ ਹੈ, ਫਿਰ ਤੂੰ ਕਿਉਂ ਝੂਰਦਾ। ਇਹ ਉਹ ਧਰਤੀ ਆ, ਮੋਦੀ ਭੁੱਲ ਗਿਆ, ਇਹ ਧਰਤੀ ਨੇ ਵੇਖੋ ਨਿੱਕੇ ਨਿੱਕੇ ਬੱਚੇ ਪੈਦਾ ਕੀਤੇ ਨੇ, ਨਿੱਕੇ ਨਿੱਕੇ ਛੋਟੀਆਂ ਉਮਰਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ। ਮੈਂ ਜਿੱਥੇ ਧੰਨਵਾਦ ਕਰਦਾ, ਕਿਉਂਕਿ ਇਹ ਇਕੱਠ ਆ ਜਿਹੜਾ ਆਪਾਂ ਜੁੜੇ ਹਰ ਇੱਕ ਰਾਜਸੀ ਪਾਰਟੀ ਦੇ ਨਾਲ ਆ, ਇਹਦੇ ਵਿੱਚ ਕੋਈ ਅਥਕਥਨੀ ਨਹੀਂ, ਜਿੰਨੇ ਤੁਸੀਂ ਹਾਜ਼ਰੀ ਭਰਦੇ ਹੋ। ਤੇ ਅੱਜ ਆਪਾਂ ਕਿਸਾਨ ਬਣ ਕੇ ਇੱਥੇ ਆਏ ਹਾਂ, ਜੇ ਲੀਡਰ ਸਹਿਬਾਨ ਵੀ ਆਏ ਨੇ ਉਹ ਵੀ ਕਿਸਾਨ ਬਣ ਕੇ ਤੁਹਾਡੇ ਵਿੱਚ ਬੈਠੇ ਨੇ। ਸਾਡਾ ਜਿਹੜਾ ਪ੍ਰਬੰਧਕ ਕਮੇਟੀ ਦਾ ਇਹ ਪ੍ਰੋਗਰਾਮ ਆ, ਇੱਥੋਂ ਆਪਾਂ ਕੋਈ ਰਾਜਸੀ ਬੁਲਾਰਾ ਭਾਵੇਂ ਨਹੀਂ ਬੁਲਾਉਣਾ, ਪਰ ਜਿਹੜੇ ਆਏ ਨੇ ਉਹਨਾਂ ਨੂੰ ਜੀਓ ਆਇਆ ਧੰਨਵਾਦ। ਬਾਬਾ ਬਖਸ਼ੀਸ਼ ਸਿੰਘ ਜੀ ਮੁੱਲਾਪੁਰ, ਸਰਪੰਚ ਸੁਖਵੰਤ ਸਿੰਘ ਜੀ ਚੱਕ ਕਲਾਂ, ਸੁਰਿੰਦਰ ਸਿੰਘ ਜੀ ਰਾਜੂ ਸਰਪੰਚ ਕੈਲਪੁਰ, ਸਾਡੇ ਹਲਕੇ ਦੇ MLA ਮਨਪ੍ਰੀਤ ਸਿੰਘ ਇਆਲੀ ਉਹ ਵੀ ਹਾਜ਼ਰੀ ਭਰਦੇ ਨੇ ਜੀਓ ਆਇਆ। ਕਰਨ ਸਿੰਘ ਜੀ ਬੜਿੰਗ ਉਹ ਵੀ ਹਾਜ਼ਰੀ ਭਰਦੇ ਨੇ, ਉਹਨਾਂ ਨੂੰ ਵੀ ਜੀਓ ਆਇਆ। ਵਰਿੰਦਰ ਸਿੰਘ ਜੀ ਪ੍ਰਧਾਨ, ਸਰਪੰਚ ਅਮਰਜੋਤ ਬੱਦੋਵਾਲ ਅਤੇ ਮਨਪ੍ਰੀਤ ਸਿੰਘ ਜੀ ECL ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਦੀਪ ਸਿੰਘ ਜੀ ਬੱਦੋਵਾਲ, ਮਨਪ੍ਰੀਤ ਸਿੰਘ ਜੀ ਇਆਲੀ, ਸਾਡੇ ਮੈਂ ਪਹਿਲਾਂ ਜ਼ਿਕਰ ਕੀਤਾ, ਉਹ ਹਾਜ਼ਰੀ ਭਰਦੇ ਨੇ, ਬਹੁਤ ਬਹੁਤ ਧੰਨਵਾਦ। ਹੁਣ ਮੈਂ ਅਮਰਜੀਤ ਸਿੰਘ ਜੀ ਮਾਰਕੀਟ ਕਮੇਟੀ ਤੋਂ ਉਹ ਵੀ ਹਾਜ਼ਰੀ ਭਰਦੇ ਨੇ, ਕੌਂਸਲਰ ਕਰਨਵੀਰ ਸਿੰਘ ਜੀ ਮੁੱਲਾਪੁਰ ਦਾਖਾ, ਸਰਪੰਚ ਹਰਿੰਦਰ ਸਿੰਘ ਜੀ ਸੇਵਾ, ਜਿੰਨੇ ਵੀ ਆ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਡਾਕਟਰ ਸੁਖਪਾਲ ਸਿੰਘ ਜੀ ਈਸੇਵਾਲ ਉਹ 5 ਮਿੰਟ ਵਾਸਤੇ ਤੁਹਾਡੀ ਹਾਜ਼ਰੀ ਭਰਨਗੇ। ਜੀਓ ਆਇਆ ਕਹਿੰਦੇ ਆ, ਪੰਥ ਦੇ ਬਹੁਤ ਵੱਡੇ ਵਿਦਵਾਨ ਨੇ, ਨੌਜਵਾਨ ਨੇ, ਇਹਨਾਂ ਨੇ ਦੁਨੀਆਂ ਦੀ ਕੋਈ ਐਸੀ ਸਟੇਜ ਛੱਡੀ ਨਹੀਂ ਡਾਕਟਰ ਸੁਖਪ੍ਰੀਤ ਉਦੋਗੀ। ਤੇ ਦੂਜਾ ਸਾਡਾ ਵੀਰ ਜਿਹਨੇ ਐਨ ਅਟਲ ਸੱਚਾਈ ਤੁਹਾਡੇ ਸਾਹਮਣੇ ਰੱਖੀ ਆ, ਉੱਠ ਜਾਗ ਪੰਜਾਬ ਸਿਆਂ, ਤੇਰੇ ਘਰ ਚ ਲੁਟੇਰੇ ਵੜਦੇ, ਕਨਵਰ ਗਰੇਵਾਲ ਮੇਰਾ ਵੀਰ ਹਾਜ਼ਰੀ ਭਰਦਾ, ਉਹਨਾਂ ਨੇ ਵੀ ਤੁਹਾਡੇ ਦਰਸ਼ਨ ਕਰਨੇ ਨੇ। ਵੱਖ ਵੱਖ ਬੁਲਾਰੇ ਵੀਰਦੀਪ ਸਿੱਧੂ ਜੀ ਉਹ ਲੁਧਿਆਣੇ ਪਹੁੰਚ ਗਏ ਨੇ, ਲੱਖਾ ਸਧਾਣਾ ਜੀ ਆ ਰਹੇ ਨੇ, ਉਹਨਾਂ ਨੇ ਤੁਹਾਡੇ ਦਰਸ਼ਨ ਕਰਨੇ ਨੇ। ਡਾਕਟਰ ਸੁਖਪਾਲ ਸਿੰਘ ਈਸੇਵਾਲ ਉਹਨਾਂ ਦੇ ਵਿਚਾਰ ਸੁਣੇ। ਬਹੁਤ ਹੀ ਸਤਿਕਾਰਯੋਗ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਤੇ ਇਲਾਕੇ ਦੇ ਪੰਚ ਸਰਪੰਚ ਅਤੇ ਸਾਰਿਆਂ ਨੂੰ, ਜਿਹੜੇ ਵੱਧ ਸਤਿਕਾਰਯੋਗ ਜਿਹੜੇ ਕਿਸਾਨ ਭਰਾ ਨੇ, ਸਾਰੇ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੋਕ ਗੁਰੂ ਨਾਨਕ ਦੇ ਆਸ਼ੇ ਅਨੁਸਾਰ ਚੱਲਣ ਵਾਲੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਹਾਂ, ਕਿਉਂਕਿ ਆਪਾਂ ਨੂੰ ਤਾਂ ਜਦੋਂ ਦੇ ਆਪਾਂ ਜੰਮੇ ਆ ਜਾਂ ਆਪਣੇ ਬਜ਼ੁਰਗ ਜੰਮੇ ਆ, ਆਪਾਂ ਆਪਣਾ ਇਹਨਾਂ ਗੱਲਾਂ ਨਾਲ ਹੀ ਵਾਹ ਰਿਹਾ ਵੀ ਅਸੀਂ ਜ਼ੁਲਮ ਦੇ ਖਿਲਾਫ਼ ਲੜਨਾ, ਜ਼ੁਲਮ ਚਾਹੇ ਕਿਸੇ ਨਾਲ ਹੋਵੇ। ਅਤੇ ਇਹ ਜਿਹੜੇ ਜ਼ੁਲਮ ਦੇ ਖਿਲਾਫ਼ ਲੜਦੇ ਨੇ, ਜਿਨ੍ਹਾਂ ਨੇ ਇਹਨਾਂ ਨੂੰ ਦੇਸ਼ ਦੀ ਆਜ਼ਾਦੀ ਦਿਵਾਈ,
जिन्हां ने इन्हां नूं वधिया घरां च रहण लाया, खेती करके इन्हां नूं ठूठा फड़नों हटाया, ते बार्डर ते राखी करके रात नूं आपदे घरां च वधिया तरीके नाल सौंदे आ, असीं वी सौंदे आ। ते ओह कौण ने? ओह इस पंजाब दे, ओह चाहे किसान आ, चाहे मजदूर आ, चाहे ओह फौजी भरा वा, उन्हां दे सिर ते मौजां करदे ने। पर इन्हां ने अज उन्हां नूं हत्थ पा लिया, जिन्हां ने अज तक जे कोई आके जे किसी नाल उन्हें आके इत्थे आके पंजाब च जदों बाद च वड़िया तां पंजाब चों हार खा के गया, ते ओह अज इन्हां ने उस पंजाब नूं हत्थ पा लिया। लंबा साडा संघर्ष हो गया, लंबा हो गया संघर्ष। तुसीं इह समझदे ने वी खाली संघर्ष बंद हो जाऊगा। मैं स्टेज तों दसना चाहुंना, जिहड़े घाटे वाली खेती करके लगातार साडे बजुर्गों तों शुरू होके असीं करजे सिर चढ़ा के थोड़े देश दा जां गरीब जिहड़ी जनता जां साडे भरा ने उहनां दा ढिड भरदे रहे हां, तां असीं तां घाटे वाला काम करके वी नहीं काम करना, साडे दा संघर्ष किवें हट जाऊगा। इन्हां ने तिन्ने कानून बनाए, तिन्ने कानून। जे मैं कहां भी हुण तां सारिआं नूं तकरीबन पता भी कानून की बने, इह कानून जदों जिहड़े हिसाब नाल इन्हां ने बनाए उदों उस हालतां च बणदे ने जदों कोई एमरजेंसी हालतां होण। इन्हां ने बिना एमरजेंसी हालतां तों करोना दा सहारा लैंदे होए बई लोग घरां च बंद ने बई इन्हां कानून लागू कर देंगे। खेतीबाड़ी सेवावां संबंधी उत्साह ते सहि के इन्हां ने कानून बनाया भी बणज ते वपार खुला हो जाए। बणज ते वपार का की मतलब? भी किसान जिथे मर्जी वेच सकदा, वपारी जिथों मर्जी खरीद सकदा, ते उहदे नाल की होगा? मार्केट कमेटियां बंद हो जाणगियां, किसान किते नहीं बेचण जा सकदा। किसान तां वध तों वध अमृतसर चलिया जाऊ, हरियाणे की कोई बासमती वाली उत्थे तक चलिया जाऊ, गुजरात कौन जाऊगा? 2.5 एकड़ वाला, 5 एकड़ वाला उन्हां दा इन्हां ने मंदे भाज झोना खरीद के फिर इन्हां ने वध रेट ते बेचण दीआं जिहड़ीआं कोशिशां सी उह जारी कीतीआं ने। जे इन कहिंदे आ वी इह जिहड़ा एक्ट आ इह बहुत वधिया एक्ट आ, फिर यूपी बिहार दा झोना क्यों इत्थे पंजाब च आउंदा? इह जिथे इन्हां दीआं सरकारां ने उत्थे क्यों नहीं लागू करदे इस नूं वी एमएसपी असीं किसानां नूं दईए? सैकंड गल इन्हां ने की आ वी कीमत गरंटी ते खेतीबाड़ी सेवावां। कीमत गरंटी का मतलब है थोनू असीं जिहड़ी गरंटी करके कीमत देवांगे। खेतीबाड़ी सेवावां किहनूं देणियां? खेतीबाड़ी सेवावां तुसीं इन्हां किसानां नूं जिन्हां ने देश आबाद किया, जिन्हां ने जाके गुजरात आबाद किया, जिन्हां ने यूपी आबाद की, जिन्हां ने अफरीका आबाद किया, जिन्हां ने कनेडा आबाद किया, जिन्हां ने अमरीका आबाद किया, उत्थे लोग मानते हैं भी खेतीबाड़ी संबंधी जे किसी तो लैनी है जानकारी तो पंजाब के किसानों तो ले लो। ਇਹ ਕਹਿੰਦੇ ਅਸੀਂ ਤੁਹਾਨੂੰ ਖੇਤੀਬਾੜੀ ਸੇਵਾਵਾਂ ਦੇਵਾਂਗੇ। ਸਾਨੂੰ ਖੇਤੀਬਾੜੀ ਸੇਵਾਵਾਂ ਨਹੀਂ ਦੇਣਗੇ ਇਹ, ਸਾਨੂੰ ਉਹ ਸੇਵਾਵਾਂ ਨਾਲ ਲੁੱਟਣਗੇ। ਤੀਜੀ ਗੱਲ ਇਹਨਾਂ ਨੇ ਜਿਹੜਾ ਸਾਰਿਆਂ ਨਾਲ ਮਾੜੀ ਗੱਲ ਕੀਤੀ ਆ ਉਹ ਕਰਤੀ, ਜਿਹੜਾ ਆਪਣਾ ਜਿਹੜਾ ਇਹ ਆਰਡੀਨੈਂਸ 1955 ਵਾ ਜਿਹਦੇ 'ਚ ਆਪਾਂ ਜਿਹੜੀ ਕੋਈ ਚੀਜ਼ ਆਪਦੇ ਕੋਲੇ ਜਮ੍ਹਾਂ ਨਹੀਂ ਕਰ ਸਕਦਾ, ਐਸੈਂਸ਼ੀਅਲ ਕਮੋਡਿਟੀ ਐਕਟ ਕਹਿ ਦਿੰਦੇ ਹਾਂ, ਉਹਦੇ 'ਚ ਇਹਨਾਂ ਨੇ ਕਰਤੀ ਵੀ ਕੋਈ ਵੀ ਜਿਹੜਾ ਵਪਾਰੀ ਆ ਉਹ ਜਿੰਨਾ ਮਰਜ਼ੀ ਆਪਦਾ ਜਮ੍ਹਾਂ ਕਰ ਲਵੇ, ਉਹਦਾ ਕੀ ਉਹਦਾ ਰੱਖਿਆ ਕੀ ਆ? ਵੀ ਪਿਛਲੇ ਸਾਲ ਨਾਲੋਂ ਜੇ ਉਹ ਦੁੱਗਣੇ ਰੇਟ ਤੇ ਵੇਚਦਾ ਤਾਂ ਉਹਨੂੰ ਰੋਕਾਂਗੇ, ਜੇ ਉਹ 3 ਗੁਣਾ ਦੇ ਰੇਟ ਤੇ ਵੇਚਦਾ ਤਾਂ ਉਹਨੂੰ ਰੋਕਾਂਗੇ। ਉਹ ਰੋਕਣਾ ਕੀ ਨੇ ਆ? ਜਦੋਂ ਉਹਨੇ ਜਮ੍ਹਾਂ ਕਰ ਲਿਆ, ਅੱਜ ਅਸੀਂ 40 ਰੁਪਈਏ ਮੂੰਗੀ ਵੇਚਦਾ, ਸਾਨੂੰ 50 ਰੁਪਈਏ ਇਹਨਾਂ ਨੇ 53 ਰੁਪਈਏ ਐਤਕੀ ਭਾਅ ਦਿੱਤਾ ਝੋਨੇ ਦਾ। ਜਦੋਂ ਸਾਡੇ ਕੋਲੋਂ ਕੋਈ ਚੀਜ਼ ਨਿਕਲਦੀ ਆ ਇਹ 5 ਰੁਪਈਏ ਕਿਲੋ ਵੱਧ ਜਾਂਦੇ ਆ, 500 ਰੁਪਈਆ ਕੁਇੰਟਲ ਦਾ ਇਹ ਕਮਾਉਂਦੇ ਨੇ ਘੱਟੋ ਘੱਟ। ਇਦੋਂ ਬਾਅਦ ਜੇ ਤੁਸੀਂ ਛੋਟੀਆਂ ਫਸਲਾਂ ਲਵੋ, ਮੂੰਗੀ ਲਵੋ, ਹੋਰ ਫਸਲਾਂ ਲਵੋ, 40-45 ਰੁਪਈਏ ਖਰੀਦਦੇ ਲੈਂਦੇ ਆ, 80 ਰੁਪਈਏ ਵੇਚਦੇ ਆ, ਕਿੰਨਾ ਬਣਿਆ ਉਹ? 40 ਨੂੰ 100 ਨਾਲ ਜ਼ਰਬ ਕਰ ਲਓ, 4000 ਰੁਪਈਆ। ਇਸ ਕਰਕੇ ਵੀ ਤੁਸੀਂ ਜਿਹੜੀਆਂ ਇਹ ਗੱਲਾਂ ਨੇ ਆਪਾਂ ਕਿਉਂਕਿ ਮਗਰੋਂ ਇਸ਼ਾਰਾ ਆਉਂਦਾ, ਕਿਉਂਕਿ ਬਹੁਤ ਸਾਰੀਆਂ ਸ਼ਖਸੀਅਤ ਇੱਥੇ ਆਈਆਂ ਹੋਈਆਂ ਨੇ, ਅਤੇ ਇਸ ਕਰਕੇ ਇਹ ਐਕਟ ਦੇ ਜਿਹੜੇ ਐਕਟ ਨੇ ਆਪਣੇ ਕਿਸਾਨ ਵਿਰੋਧੀ ਨੇ। ਮੈਂ ਮੋਦੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਤੂੰ ਕਹਿੰਦਾ ਵੀ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ, ਉਹ ਜਦੋਂ ਤੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਲਈ ਤਾਂ ਸਾਡੇ ਖਾਦਾਂ 'ਤੇ ਵੀ ਟੈਕਸ ਲਾ ਤੇ, ਸਾਡੇ ਤਾਂ ਦਵਾਈਆਂ 'ਤੇ ਵੀ ਟੈਕਸ ਲਾ ਤੇ, ਸਾਡੇ ਇੰਪਲੀਮੈਂਟ 'ਤੇ ਵੀ ਟੈਕਸ ਲਾ ਤੇ। ਪਹਿਲਾਂ ਇੰਪਲੀਮੈਂਟ 'ਤੇ ਟੈਕਸ ਨਹੀਂ ਸੀ ਲੱਗਦਾ, ਉਹ ਕਿਹਦੀ ਜੇਬ 'ਚੋਂ ਜਾਂਦਾ? ਜਿਹੜਾ ਕੰਜ਼ੂਮਰ ਆ, ਚਾਹੇ ਤੁਸੀਂ ਹੋ ਚਾਹੇ ਮੈਂ ਆ, ਜਿਹੜਾ ਵੀ ਖਰੀਦੂਗਾ ਉਹਦੀ ਜੇਬ 'ਚੋਂ ਜਾਣੇ ਆ। ਉਹ ਟੈਕਸ ਲਾ ਕੇ ਸਾਡੀ ਆਮਦਨ ਤਾਂ ਦੁੱਗਣੀ ਕੀ ਕਰਨੀ ਆ, ਸਗੋਂ ਸਾਨੂੰ ਤਾਂ ਉਦੋਂ ਵੀ ਡਾਊਨ ਕਰਤਾ। ਤੀਜੀ ਗੱਲ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ, ਹਰਿਆਣੇ 'ਚ 14,000 ਆ, ਇਹਨਾਂ ਨੂੰ ਅਸੀਂ ਵੀ 3000 ਦੇ ਬਰਾਬਰ ਇਹਨਾਂ ਨੂੰ ਲਿਆਈਏ। ਅਤੇ ਦੂਜੀ ਗੱਲ ਮੈਂ ਇਹ ਕਰਦਾ ਵੀ ਇਹ ਕਿੱਥੇ ਕਹਿੰਦੇ ਆ ਵੀ ਖੇਤੀ ਸਿਖਾ ਦਿਆਂਗੇ? ਆਹ ਦੇਖ ਲਓ ਵੀ ਕਿੰਨੇ ਪਲਾਟ ਆਪਣੇ, ਜੇ ਕਿਤੇ ਖਰੀਦੇ ਗਏ ਉੱਥੇ ਕਾਂਗਰਸ ਘਾਹ ਹੁੰਦਾ। ਜਿੱਦਣ ਇਹਨਾਂ ਨੇ
जिदन इन्होंने गलां करतियां उदन आप बहुत औखे होवांगे। इस करके अज संघर्ष जिहड़ा तुसीं हिस्सा लिया वा इहदे सारे धन्नवाद करदे। दूजी गल जिहड़ी इलाके की जत्थेबंदी बनी आ, मैं तो यह कहूंगा भी इलाके की जत्थेबंदी नूं आपां पूरा सहयोग दे के चाहे थोड़ा बहुत आप आपका हिस्सा पाईए, चाहे महीने के पैसे इकट्ठे कर, जदों कितें किसी परिवार से चाहे वह मजदूर आ चाहे किसान आ जदों कितें उत्ते विपता पैंदी आ उहदे आप जाके सारे रल मिल के उहदी मदद कर सकीए। सैकंड गल मैं लास्ट कहण लग्या वी किसी किसान नूं जिन्ने भी इत्थे आए हो जां कोई भी किसान आ बिल्कुल किसी नूं आत्महत्या नहीं करनी। असीं आत्महत्या दे घरां च जाके देखिया वा उन्होंने जो बंदा 40-45 साल का डेथ हो जाती है, बच्चे छोटे होंगे ने, माँ प्यो बुढ़े होंगे ने, वह घर का बहुत औखा चलता। तुसी इत्थे बहुत बड़े बड़े व्यापारी ने 680 खरब डॉलर इन्हों 680 खरब रुपया पिछे जे इन्होंने इंडस्ट्री का माफ किया, इन्होंने इन्हों का रुपया एक नहीं NPA कह के कर देंगे ने ना पैसे दे पैसों की खातर। कोई भी किसान मैं तुम्हें इतों कहना बिल्कुल आत्महत्या ना करो, आप अपने परिवार को जिंदा रखना, आप मेहनत करनी है, मेहनत करके आप कर्जा ला देंगे। जो आप जे मैं गौरमेंट इतने दोहां गौरमेंट नुमाइंदे बैठे मैं उन्होंने भी कहना भी आने वाले समय च पंजाब की प्लैनिंग जरूर बनाओ। पंजाब की प्लैनिंग हले तक नहीं बनी, जे पंजाब की खेती वाली प्लैनिंग बन गई साडा ची साडी चीज डब्बा बंद होकर जा सकती है। हुण तक असी प्रोड्यूस ही किया, असी उन्हूं डब्बा बंद नहीं किया। वह डब्बा बंद वास्ते चाहे खेतीबाड़ी यूनिवर्सिटी आ इसकी मदद लैके इनू कमर्शियल होण तो बचा लो, ये भी कमर्शियल हो रही है, कदे किसी ना समझौता कदे किसी ना समझौता। इतने भी उदा का चाहिए जिवें पहला यूनिवर्सिटी चालू हुई सी, इन्ने शब्द कहदा होया क्योंकि कोई गलत शब्द भी कहा गया हो माफ कर देना। वाहिगुरु जी का खालसा वाहिगुरु जी की फतेह। डॉक्टर सुखपाल सिंह जी इसेवाल का बहुत बहुत धन्यवाद। असी नारे लाने आओ गज वज के साथ दिओ, किसान मजदूर एकता, किसान मजदूर एकता, सेंटर सरकार, सेंटर सरकार, मोदी सरकार, किसान मजदूर एकता। बहुत बहुत धन्यवाद। जिथे प्रेस वाले मेरे वीर निर्मल सिंह जी धालीवाल अजीत तो, विनोद कालिया जी जगबाणी तो, संतोख सिंह गिल जी पंजाबी ट्रिब्यून तो, मलकीत सिंह जी जुझार टाइम्स तो, सुरिंदर सिंह जी अरोड़ा, रोहल ग्रोवर जी अज की आवाज तो, चरणजीत सिंह जी दैनिक सवेरा तो, दविंदर सिंह जी लंबे पहरेदार तो, कृपाल सिंह जी हंबड़ा अजीत फोटोग्राफर, दविंदर नागर जी PTC तो, इंद्रपाल सिंह जी धुना प्राइम उदय तो, बिट्टू सवदी जी, गुरप्रीत भरोवाल, राकेश गुप्ता जी, मैं धनवाद करदा। हुण डॉक्टर सुखप्रीत उदो कहने बोलना, उदू पहला जसपाल हेरा जी 5 मिनट वास्ते उन्होंने बोलना। वीर अज लोड़ एके दी आ, जे एका ना ना साडे च होया असी मजाक दे पात्र बन जांगे, मजाक दे पात्र। सज्जन ते गज्जन दो भरा ने, सज्जन दे लड़के दा विआह, वह कहिंदा गज्जन सिंह कुर्ता पजामा समावाली तां जन जाणा। उन्हें कुर्ता पजामा समाया, जदों पा के वेख्या पजामा पैरां च पवे, घरवाली नूं कहिंदा इहनूं 4 कुंगलां उच्चा कर दे, कल नूं जन जाणा। उह कहिंदी मैं वेहली आ, यह घर आ जिथे बेतफाकी आ। फिर धी नूं आखिया, धीए तू कर दे, उन्हें भी जवाब आपकी नूं नूं आखिया, वह कहिंदी बापू जी मैं तो रसोई च ही होर बहुत कम करने ने, आप ही दर्जी कोले गया ठीक करवा लिया। जदों रात शुरू हुई घरवाली नूं याद आ गया मेरा पति आ, कल बुरा लगू, उन्हें पजामा लाया, 4 उंगलां धर के कैंची फेरती, तरपाई की टंग ता। फिर धी नूं गल याद आ गई, बापू तो रोज रुपये मंगदी आ, 4 उंगलां उन्हें धरिया, कैंची उन्हें फेरती। नूं सोच दिया भी सौरा साहब ने अज ही कम किया, मैं रोज उलंबे देंगे, उन्हें भी 4 उंगलां धरतिया। जब दूजे दिन पा के वेखिया ना, जिहड़ा पैरां च पैंदा सी गोडियों ताई चाड़ता, वह पाई बैठा, उधर आवाज दिंदे भी आ जा चन्न की तैयारी आ। अज साडा तां ओह हाल हो गया, उहदा जवाब सुणियो, कहिंदा मैं किवें आवां, घर की बेतफाकी आउण नहीं दिंदी। की लड़ोगे जे इस तरह ही साडी बेतफाकी रही। जसपाल हेरा जी 5 मिनट वास्ते। पंजाब दे सूरमियो जोधियो जरनैलो, वाहिगुरु जी का खालसा वाहिगुरु जी की फतेह। मैं तुहाडे चरणां च जिहड़ियां बेनतियां करन जा रहा वो शायद थोड़ियां जिहियां हटवियां ने। आखिर नूं अज इस स्थिति क्यों पैदा हो गई आ? जिहड़े सिंह कदे ये कहिंदे होंदे सी
के बिल्ली मार ली के दिल्ली मार ली। अज दिल्ली उन्होंने मूंह लाने लई तैयार नहीं। पंजाब की सरकार दिल्ली च जांदी आ उह मिलन तो जवाब दे देंदे ने। सो अज जिहड़ी इह स्थिति पैदा हो गई आ इहदे पिछे कारण की ने, सानू उन्हां कारणां नूं जरूर सोचना पऊगा, विचारना पऊगा, गंभीरता दे नाल चिंतन करना पऊगा। मैं अक्सर क्या करदा पहरेदार दे विच हमेशा यह होका दिता मैं कि यह जंग आ जिहड़ी इह किसानी फसलां दे मुल दी जंग नहीं है। सानू भुलेखा कि यह किसानी फसलों की जंग आ। यह जंग जिवें असीं हमेशा गल करदे आ रहे हां कि यह जंग हिंद ते पंजाब दी आ, क्योंकि इस दुनिया दे विच दुनिया का इतिहास देख लो तुसीं कि दुनिया दे विच कोई भी इहो जिही आजाद कौम नहीं जिहदा अपना मुल्क ना होवे। जे तां तुसीं अपनी आजाद होंद रखनी आ, अपनी बखरी होंद रखनी आ, आडरी होंद रखनी आ, तां फिर तुहानूं आजाद मुल्क आ जिहड़ा उह हर हिले बनाउणा पऊगा। अपने मुल्क तो बिना हमेशा गुलाम होंदे ने, ते गुलामां दे नाल जिहड़े उहनां दे मालक ने उह जिहड़ा बतीरा करदे आए ने उह तुसीं सारे जाणदे हो। कदे सिंघां नूं नवाबियां ने जिहड़ियां उह भेट कीतियां गईआं पर सिंघां ने जवाब दित्ता। सो अज जिहड़े हालात पैदा होए ने, मैं उस गल वल जावां कि आर एस एस दा एक नागपुर जिहड़ा उहनां दा हैडक्वार्टर आ, नागपुर जिहड़ा उहनां दा हैडक्वार्टर आ, उत्थों उहनां दा एक मैगजीन एक जन्या हर महीने वह मैगजीन एक जन्या निकलता। जे तुसीं उहदा जुलाई 2015 का अंक पढ़ो तो उहदे विच उन्होंने साफ लिखिया कि 2070 तक असी इस दुनिया तो सिख ते सिक्खी की होंद खत्म कर देनी है।